ਸੇਵੈ ਗੁਸੇਆ ਕੋਈ ਅਲਾ
ਬੇਦ ਕੋਈ ਕਤੇ
Prabhu Sa.
कर मिनत कर जो देरी में प्रभु मिलने का चाह, कर मिनत कर जो देरी में प्रभु मिलने का चाह, कर मिनत कर जो देरी में प्रभु मिलने का चाह, 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 मैं प्रभु मिलने का चाह, कर मिनत कर जो देरी में प्रभु मिलने का चाह, कर मिनत कर जो देरी में प्रभु मिलने का चाह, प्रभ मेल मिला मेरे पाई ना कोई मुको कर प्रभ मेल मिला, सतगुर विटो मारे जिन कर प्रभ दिया सतगुर विटो मारिया जिन कर प्रभ दिया दिखाए, कर मिनत कर जो देरी कर मिनत कर जो देरी मैं प्रभ मिलने का चाह, कर मिनत मिलने का चाह, प्रभु मिलने का चाह, प्रभु मिलने का चाह, प्रभु मिलने का चाह, प्रभु मिलने का चाह, मैं प्रभु मिलने का चाह, कर मिनत कर जो पंच दिशाएं नित कड़ी कोई प्रभ दसे दिन जा, पंच दिशाएं नित कड़ी कोई प्रभ दसे दिन जा, जिन मेरा प्यारा रावे दिन पे चला
मिनत कर जोदरी में प्रभ मिलने का जा कर मिनत कर जोदरी में प्रभ मिलने का जा प्रभ मिलने का जा प्रभ मिलने का जा कर मिनत कर जोदरी में प्रभ मिलने का जा कर मिनत कर जोदरी में प्रभ मिलने का जा प्रभ मिलने का जा प्रभ मिलने का जा
ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਚੇਂਜ ਹੋਊਗਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਗੁਰੂ ਗਰੀਬ ਦੀਨਨ ਕੀ ਪ੍ਰਤਪਾਲ ਕਰੈ ਨਿਤ ਦੀਨਨ ਕੀ ਪ੍ਰਤਪਾਲ ਕਰੈ ਨਿਤ ਦੀਨਨ ਕੀ ਪ੍ਰਤਪਾਲ ਕਰੈ ਨਿਤ ਦੀਨਨ ਕੀ ਪ੍ਰਤਪਾਲ ਕਰੈ ਨਿਤ
ਪਾਲ ਕਰੇ ਨਿਤ
ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵੱਡ ਬਾਗ ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵੱਡ ਬਾਗ Thank you.
ਤੇਰੀ ਬਾਣੀ
ਸਪਲ ਦਰਸ ਲੈ ਪਾਰ ਬ੍ਰਹਮ ਜਬੇ ਬਾਣ ਲੱਗਿਓ ਤਬੇ ਰੁਸ ਜਾਗਿਓ
ਭਾਈ ਜੀਤ ਮੇਰੀ ਕਿਰਪਾ ਕਾਲ ਕੇਰੀ ਜਬ ਬਾਣ ਲਾਗਿਓ ਤਬ ਰੋਸ ਜਾਗਿਓ ਜਬ ਬਾਣ ਲਾਗਿਓ ਤਬ ਰੋਸ ਜਾਗਿਓ ਕਰਨ ਲੈ ਕਮਾਣ ਹਨੰਗ ਬਾਣ ਤਾਣੰ ਲੈ ਕਮਾਣ ਹਨੰਗ ਬਾਣ ਤਾਣ ਜਬ ਬਾਣ ਲਾਗਿਓ ਤਬ ਰੋਸ ਜਾਗਿਓ ਜਬ ਬਾਣ ਲਾਗਿਓ ਤਬ ਰੋਸ ਜਾਗਿਓ ਰਣਜੀਤ ਬਾਣ ਤਾਣ ਕਰਨ ਲੈ ਕਮਾਣ ਹਨੰ
ਪ੍ਰਾਨ ਕੇ ਬਚਈਆ ਦੁੱਧ ਪੂਤ ਕੇ ਦਵਈਆ ਰੋਗ ਸੋ Yeah.
ਰਾਜਨ ਕੇ
ਸਾਧ ਨਾਨਕ ਮਤ ਪਾਈ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਸੰਕਟ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਵਾਜੀ ਗੁਰੂ ਸਤਿਕਾਰੀ ਗੁਰੂ ਦੀਆਂ ਬਖਸ਼ਾਂ ਪ੍ਰਾਪਤ ਕਰੀ ਗੁਰੂ ਕੇ ਜਸ ਦਾ ਕੀਰਤਨ ਦਾ ਪਾਤਰ ਬਣ ਬੈਠੀ ਗੁਰੂ ਰੂਪ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਕਰੀਬਨ ਪਿਛਲੇ ਘੰਟਾ 20 ਮਿੰਟ ਤੋਂ ਆਪ ਜੀ ਨੇ ਭੁਚੰਗੀਆਂ ਪਰਸੋਂ ਸ਼੍ਰੋਮਣੀ ਜਥਾ ਹਜ਼ੂਰੀ ਜਥਾ ਦਮਦਮੀ ਟਕਸਾਲ ਭਾਈ ਰਣਜੀਤ ਸਿੰਘ ਜੀ ਪਾਸੋਂ ਕੀਰਤਨ ਦਾ ਰਸ ਮਾਣਿਆ ਜਦ ਵੀ ਹਰ ਸਾਲ ਜੂਨ ਦਾ ਮਹੀਨਾ ਉੱਠਦਾ ਹੈ ਇੱਕ ਚੀਜ਼ ਇੱਕ ਮਨ 'ਚ ਪੀੜਾ ਸਿੱਖ ਹਿਰਦੇ ਵਲੂੰਦਰੇ ਜਾਂਦੇ ਹਨ ਕਿਉਂਕਿ 6 ਜੂਨ 84 ਦਾ ਤੀਸਰਾ ਘੱਲੂਗਾਰਾ ਇੱਕ ਐਸੀ ਘਟਨਾ ਇੱਕ ਐਸਾ ਤਬਦੀਲਾ ਦੇ ਵਿੱਚ ਵਾਹਿਗੁਰੂ ਕਿਰਪਾ ਕਰੇ ਨਹੀਂ ਤਾਂ ਭੁੱਲਦਾ ਨਹੀਂ ਕਦੀ ਵੀ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਸ਼੍ਰੋਮਣੀ ਸਿੰਘਾਂ ਦੇ ਸਾਥ ਵਿੱਚ ਬੜੇ ਬੜੇ ਹੋਰ ਨਿਰਮੋਲ ਰੂਹਾਂ ਦੇ ਸਾਥ ਵਿੱਚ ਕੁਰਬਾਨੀਆਂ ਕਰਦੇ ਗੁਰਧਾਮਾਂ ਦੀ ਰਾਖੀ ਗੁਰਧਾਮਾਂ ਦੀ ਪਵਿੱਤਰਤਾ ਉਹਨਾਂ ਦੀ ਮਰਿਆਦਾ ਕਾਇਮ ਰੱਖ ਕੇ ਸ਼ਹੀਦੀਆਂ ਪ੍ਰਾਪਤ ਕਰਕੇ ਗੁਰਸਿੱਖਰੇ ਹੋਣ ਦੇ ਨਾਤੇ ਹਰ ਸਾਲ ਯਾਦਾਸ਼ਤ ਸਿਮਰਤੀ 'ਚ ਬੈਠਦੇ ਹਾਂ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਵਰਤਮਾਨ ਮੁਖੀ ਪ੍ਰਧਾਨ ਸੰਤ ਸਮਾਜ ਜਿਨ੍ਹਾਂ ਨੇ ਸਾਡੀ ਅਗਵਾਈ ਕਰਕੇ ਜਿਨ੍ਹਾਂ ਨੇ ਪਿਛਲੇ 7-8 ਸਾਲ ਤੋਂ ਲਗਾਤਾਰ ਲਹਿਰ ਤੁਰ ਕੇ ਪਿੰਡ ਪਿੰਡ ਜਾ ਕੇ ਸ਼ਬਦ ਕੀਰਤਨ ਗੁਰਇਤਿਹਾਸ ਦਾ ਸੰਗਤ ਨੂੰ ਜੋੜਿਆ ਹੈ ਉਹ ਅੱਜ ਵੀ ਸਾਡੇ ਪਾਸ ਆਏ ਬੈਠੇ ਨੇ ਪਧਾਰੇ ਨੇ ਸੰਗਤ ਦੇ ਹਿਰਦੇ ਦੀ ਇਹ ਵੇਦਨਾ ਜਾਚਦੇ ਹੋਏ ਕੀਮਤੀ ਸਮਾਂ ਕੱਢ ਕੇ ਇੱਥੇ ਪਹੁੰਚੇ ਨੇ ਉਹਨਾਂ ਦਾ ਮੈਂ ਹਾਰਦਿਕ ਸਵਾਗਤ ਕਰਦਾ ਹੈ ਜੀਓ ਆਇਆਂ ਕਹਿੰਦਾ ਆਵੋ ਉਹਨਾਂ ਦੀ ਪਾਵਨ ਪਵਿੱਤਰ ਰਸਨਾ ਤੋਂ ਗੁਰਇਤਿਹਾਸ ਸਰਵਣ ਕਰਕੇ ਅਤੇ ਇਸ ਤੋਂ ਬਾਅਦ ਫਿਰ ਕੁਝ ਵਿਚਾਰਾਂ ਕਰਾਂਗੇ 6 ਜੂਨ ਦੀਆਂ 20 ਮਈ ਦੀਆਂ ਅਤੇ ਪਹਿਲੇ ਹਫ਼ਤੇ ਨੂੰ ਜੂਨ ਦੇ ਨੂੰ ਮਨਾਉਣ ਦੀਆਂ ਮੈਂ ਬੇਨਤੀ ਕਰਾਂ ਮਹਾਂਪੁਰਖਾਂ ਨੂੰ ਮਹਾਂਪੁਰਖ ਜੀਓ ਸਵਾਗਤ ਹੈ ਸੰਗਤ ਨੂੰ ਨਿਹਾਲੋ ਨਿਹਾਲ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰ ਗੁਰ ਹਿਰਦਾ ਤਾਬੋ ਗੁਰ ਹਿਰਦਾ
ਦਾਸ ਗੁਣ ਗਾਵੋ ਸ੍ਰੀ ਅਰਜਨ ਬਿਗਨਨ ਕੇ ਨਾਸ ਬਿਗਨਨ ਕੇ ਨਾਸਕ ਹਰ ਗੋਬਿੰਦ ਸੋਭ ਸੁਮਤ ਪ੍ਰਕਾਸਕ ਸ੍ਰੀ ਹਰ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰ ਹਰ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲ ਪਰਮ ਕਿਰਪਾਲ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲ ਤਰੋਂ ਤਰਾ ਪਰ ਪੂਨ ਪੂਨ ਸੀਸ ਪੂਨ ਪੂਨ ਸੀਸ ਬੰਦੋਂ ਬਾਰ ਬਾਰ ਜਗਦੀਸ਼ ਜਿਸਮੈ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਦਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕਾ ਵੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਮੂਲਾ ਸੂਜਾ ਧਾਵਣ ਚੰਦੂ ਚੌਜੜ ਆਸ ਰਾਮਦਾਸ ਭੰਡਾਰੀਆ ਬਾਲਾ ਸਾਈਂ ਦਾਸ ਮੂਲਾ ਸੂਜਾ ਧਾਵਣੇ ਪਰਮ ਸਨਮਾਨ ਯੋਗ ਗੁਰੂ ਰੂਪ ਗੁਰੂ ਖਾਲਸਾ ਸਤਿ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਰਬੱਤ ਸੰਗਤਾਂ ਬਹੁਤ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਗਰੀਬ ਨਿਵਾਜ ਦਸਾਂ ਪਾਤਸ਼ਾਹੀਆਂ ਦੇ ਪਾਵਨ ਪ੍ਰਤੱਖ ਸਰੂਪ
ਤਖਤ ਚਬਰ ਛਤਰ ਦੇ ਮਾਲਕ ਸਤਿਗੁਰੂ, ਲੋਕ ਪ੍ਰਲੋਕ ਦੀਆਂ ਬਖਸ਼ਿਸ਼ਾਂ ਦੇ ਦਾਤੇ ਸਤਿਗੁਰੂ, ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਰਮ ਪਵਿੱਤਰ ਹਜ਼ੂਰੀ ਵਿਖੇ ਜੁੜ ਕਰਕੇ ਨਗਰ ਭਲਾਈਪੁਰ ਪੂਰਬਾਂ ਵਿਖੇ ਹਰ ਸਾਲ ਦੀ ਤਰ੍ਹਾਂ 6 ਜੂਨ 1984 ਦਾ ਉਹ ਘੱਲੂ ਘਰ, ਜਦੋਂ ਉਸ ਸਮੇਂ ਦੀ ਜ਼ਾਲਮ ਅਤੇ ਜ਼ੁਰਬਾਨੀ ਹਕੂਮਤ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਔਰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਉੱਤੇ ਬੜੀ ਬੇਰਹਿਮੀ ਦੇ ਨਾਲ ਹਮਲਾ ਕੀਤਾ, ਤਾਂ ਉਸ ਹਮਲੇ ਦੌਰਾਨ ਆਪਣੇ ਗੁਰਧਾਮਾਂ ਦੀ ਰੱਖਿਆ ਵਾਸਤੇ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਅਤੇ ਉਹਨਾਂ ਦੀ ਅਗਵਾਈ ਹੇਠ ਅਣਗਿਣਤ ਸਿੰਘ ਸਿੰਘਣੀਆਂ, ਭਟੰਗੀਆਂ, ਬਜ਼ੁਰਗਾਂ, ਮਾਤਾਵਾਂ ਨੇ ਮਹਾਨ ਸ਼ਹੀਦੀਆਂ ਦਿੱਤੀਆਂ। ਉਹਨਾਂ ਸਮੂਹ ਸ਼ਹੀਦਾਂ ਦੀ ਯਾਦ ਵਿੱਚ, ਇਹਨਾਂ ਸ਼ਹੀਦੀ ਸਮਾਗਮਾਂ ਦੀ ਚੱਲ ਰਹੀ ਲੜੀ ਵਿੱਚ ਆਪ ਜੀ ਦੇ ਨਗਰ ਵਿਖੇ ਇੱਕ ਦਿਨ ਦਾ ਸ਼ਹੀਦੀ ਦੀਵਾਨ ਰੱਖਿਆ ਹੋਇਆ ਹੈ। ਆਪ ਜੀ ਨੇ ਜਥੇ ਦੇ ਸਿੰਘਾਂ ਤੋਂ ਗੁਰਬਾਣੀ ਦਾ ਬਹੁਤ ਹੀ ਰਸ ਭਿੰਨਾ ਕੀਰਤਨ ਸਰਵਣ ਕਰਕੇ ਆਨੰਦ ਮਾਣਿਆ ਹੈ। ਮਨ ਬਿਰਤੀ ਨੂੰ ਇਕਾਗਰ ਕਰਕੇ ਸਤਿਗੁਰਾਂ ਦੇ ਪਰਮ ਪਵਿੱਤਰ ਗੁਰ ਇਤਿਹਾਸ ਦੀ ਕਥਾ ਸਰਵਣ ਕਰੋ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਵਿੱਚ ਭਾਈ ਮੂਲਾ, ਭਾਈ ਸੁਜਾ, ਤੀਜਾ ਭਾਈ ਚੰਦੂ, ਚੌਥਾ ਭਾਈ ਰਾਮਦਾਸ, ਪੰਜਵਾਂ ਬਾਲਾ, ਛੇਵਾਂ ਭਾਈ ਸਾਈਂ ਦਾਸ, ਇਹ 6 ਸਿੱਖ ਸਤਿਗੁਰੂ ਜੀ ਦੇ ਪਾਵਨ ਦਰਸ਼ਨ ਕਰਨ ਆਏ ਹਨ। ਇਹ ਕਥਾ ਬਹੁਤ ਹੀ ਰਸਦਾਇਕ ਹੈ। ਆਪ ਸੰਗਤਾਂ ਮਨ ਬਿਰਤੀ ਨੂੰ ਇਕਾਗਰ ਕਰਕੇ ਗੁਰ ਇਤਿਹਾਸ ਦੀ ਕਥਾ ਸਰਵਣ ਕਰੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਮੂਲਾ ਸੂਜਾ ਧਾਵਣੇ। ਇਹ ਗੁਰ ਇਤਿਹਾਸ ਵਿੱਚ ਇਹ ਗੁਰਸਿੱਖਾਂ ਦੇ ਨਾਮ ਆਏ ਹਨ। ਇੱਕ ਭਾਈ ਮੂਲਾ ਹੈ, ਇਹ ਵੀ ਧੰਨ ਗੁਰੂ ਅਰਜਨ ਦੇਵ ਜੀ ਦੇ ਸਮੇਂ ਹੋਏ ਹਨ। ਇੱਕ ਮੂਲਾ ਖੱਤਰੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵੀ ਸਮੇਂ ਹੋਏ, ਜੋ ਸਿਆਲਕੋਟ ਦਾ ਰਹਿਣ ਵਾਲਾ ਸੀ, ਪਰ ਇਹ ਮੂਲਾ ਗੁਰੂ ਅਰਜਨ ਦੇਵ ਜੀ ਦੇ ਸਮੇਂ ਦਾ ਸਿੱਖ ਹੈ। ਭਾਈ ਮੂਲਾ, ਦੂਜਾ ਭਾਈ ਸੁਜਾ, ਧਾਵਣੋ ਜਾਤੀ ਹੈ ਇਹਨਾਂ ਦੀ। ਚੰਦੂ ਚੌਜੜ ਆਸ, ਤੀਜਾ ਭਾਈ ਚੰਦੂ ਹੈ। ਉਹ ਚੰਦੂ ਨਹੀਂ ਸਮਝਣਾ ਜਿਸ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸ਼ਹੀਦ ਕਰਾਉਣ ਵਿੱਚ ਬਹੁਤ ਵੱਡਾ ਜ਼ੁਲਮ ਅਤੇ ਪਾਪ ਕਮਾਇਆ, ਬੜਾ ਭਾਰੀ ਪਾਪ ਕੀਤਾ ਹੈ, ਉਸ ਦੁਸ਼ਟ ਦਾ ਜ਼ਿਕਰ ਨਹੀਂ, ਇਹ ਗੁਰੂ ਕੇ ਸਿੱਖ ਦਾ ਜ਼ਿਕਰ ਹੈ। ਇਹ ਭਾਈ ਤੀਜਾ ਚੰਦੂ ਹੈ, ਚੌਧੜ ਜਾਤੀ ਹੈ ਔਰ ਸਤਿਗੁਰੂ ਜੀ ਦੇ ਚਰਨਾਂ ਵਿੱਚ ਆਪਣੇ ਮਨ ਦਾ ਮਨੋਰਥ, ਆਪਣੇ ਦਿਲ ਦੀ ਇੱਛਾ ਲੈ ਕੇ, ਸਤਿਗੁਰੂ ਜੀ ਦੇ ਦਰਸ਼ਨਾਂ ਦੀ ਆਸਾ ਲੈ ਕੇ ਹਜ਼ੂਰ ਦੇ ਪਾਵਨ ਦਰਸ਼ਨ ਕਰਨ ਆਏ ਹਨ। ਰਾਮਦਾਸ ਭੰਡਾਰੀਆ। ਇਸੇ ਤਰ੍ਹਾਂ ਸਾਧ ਸੰਗਤ ਜੀ, ਚੌਥਾ ਭਾਈ ਰਾਮਦਾਸ ਹੈ, ਭੰਡਾਰੀ ਜਾਤੀ ਹੈ। ਭੰਡਾਰੀ ਆਪਾਂ ਬੋਲਦੇ ਹਾਂ ਨਾ, ਜਿਵੇਂ ਅੰਮ੍ਰਿਤਸਰ ਸਾਹਿਬ ਸ਼ਹਿਰ ਵਿੱਚ
ਖੱਤਰੀਆਂ ਦੀਆਂ ਜਾਤੀਆਂ ਹਨ। ਇਉਂ ਇਹ ਭੰਡਾਰੀਆ ਹੈ ਭਾਈ ਰਾਮਦਾਸ ਸਿੱਖ ਬਾਲਾ ਸਾਈ ਦਾਸ, ਪੰਜਵਾਂ ਬਾਲਾ ਹੈ, ਛੇਵਾਂ ਸਾਈ ਦਾਸ ਹੈ। ਭਾਈ ਬਾਲਾ ਜੀ ਤਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਮੇਂ ਹੋਏ, ਜਿਨ੍ਹਾਂ ਨੇ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਅਖੀਰ ਤੱਕ ਸੇਵਾ ਕੀਤੀ, ਨਨਕਾਣਾ ਸਾਹਿਬ ਤੋਂ ਲੈ ਕੇ ਸ੍ਰੀ ਕਰਤਾਰਪੁਰ ਸਾਹਿਬ ਤੱਕ, ਔਰ ਗੁਰੂ ਅੰਗਦ ਦੇਵ ਜੀ ਦੇ ਸਮੇਂ ਸਾਰਾ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਇਤਿਹਾਸ ਗੁਰਦੁਆਰਾ ਤਪਿਆਣਾ ਸਾਹਿਬ ਵਿਖੇ ਹਜ਼ੂਰ ਨੂੰ ਸਰਵਣ ਕਰਵਾਇਆ ਸੀ। ਪਰ ਇਹ ਭਾਈ ਬਾਲਾ ਸਤਿਗੁਰੂ ਗੁਰੂ ਅਰਜਨ ਦੇਵ ਜੀ ਦੇ ਸਿੱਖ ਹੋਏ ਹੈ, ਇਸ ਕਰਕੇ ਪੰਜਵੇਂ ਭਾਈ ਬਾਲਾ ਜੀ, ਛੇਵੇਂ ਭਾਈ ਸਾਈਂ ਦਾਸ, ਇਹ ਛੇ ਸਿੱਖ ਆਏ ਹੈ ਧੰਨ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਨ ਵਾਸਤੇ। ਜੋ ਭਈ ਕਸ਼ਟ ਮਿਲੇ ਸ੍ਰੀ ਅਰਜਨ ਪਾਸ, ਛੇ ਮਿਲ ਕੇ ਧੰਨ ਗੁਰੂ ਅਰਜਨ ਦੇਵ ਜੀ ਦੀ ਹਜ਼ੂਰੀ ਵਿੱਚ ਪਹੁੰਚੇ ਹਨ। ਪਗ ਬੰਧਨ ਕੀਨੀ ਅਰਦਾਸ, ਚਰਨਾਂ ਤੇ ਮੱਥਾ ਟੇਕ ਕੇ ਇਹਨਾਂ ਨੇ ਬੇਨਤੀ ਕੀਤੀ ਹੈ ਨਿਮਰਤਾ ਪੂਰਵਕ ਹੱਥ ਜੋੜ ਕੇ। ਗੁਰੂ ਗਰੀਬ ਨਿਵਾਜ ਜੇ ਪ੍ਰਾਨੀ, ਇਹ ਗਰੀਬਾਂ ਨੂੰ ਨਿਵਾਜਣ ਵਾਲੇ ਸਤਿਗੁਰੂ ਜੀ, ਜਿਹੜੇ ਇਸ ਮਾਤ ਲੋਕ ਦੇ ਪ੍ਰਾਣੀ ਹੈ, ਜਿੰਨੇ ਵੀ ਜੀਵ ਹੈ, ਮਨੁੱਖ ਕਹਿ ਲਓ, ਪ੍ਰਾਣੀ ਮਾਤਰ ਕਹਿ ਲਓ, ਇੱਕੋ ਹੀ ਗੱਲ ਹੈ, ਕਰਮ ਕਰਤ ਦਵੈ ਵਿਦ ਸਭ ਜਾਨੀ। ਸਾਰੇ ਦੋ ਤਰ੍ਹਾਂ ਦੇ ਕਰਮ ਕਰਦੇ ਆ, ਕੋਈ ਸਕਾਮ ਕਰਮ ਕਰਦਾ, ਕੋਈ ਨਿਸਕਾਮ। ਸਕਾਮ ਹੁੰਦੇ ਆ ਕਾਮਨਾ ਦੇ ਸਹਿਤ, ਜੋ ਸ਼ੁਭ ਕਰਮ ਕਰਨੇ ਕਿ ਮਹਾਰਾਜ ਮੇਰੀ ਆਹ ਇੱਛਾ ਹੈ, ਮੈਂ ਇੰਨੀ ਸੇਵਾ ਕਰਾਂਗਾ, ਇੰਨਾ ਦਾਨ ਪੁੰਨ ਕਰਾਂਗਾ, ਇੰਨੀ ਬਾਣੀ ਪੜ੍ਹਾਂਗਾ, ਮੇਰੀ ਇੱਛਾ ਪੂਰੀ ਹੋ ਜਾਏ, ਇਹ ਕਾਮਨਾ ਦੇ ਸਹਿਤ, ਇਹਨਾਂ ਨੂੰ ਸਕਾਮ ਕਰਮ ਕਿਹਾ ਜਾਂਦਾ ਹੈ। ਕਾਮਨਾ ਦੇ ਸਹਿਤ ਹੋ ਕੇ ਕੋਈ ਧਰਮ ਦਾ ਕਰਮ ਕਰਨਾ ਆਪਣੀ ਇੱਛਾ ਦੀ ਪੂਰਤੀ ਵਾਸਤੇ, ਨਿਸਕਾਮ ਕਰਮ ਕਰਨਾ ਮਨ ਦੀ ਇੱਛਾ ਨੂੰ ਤਿਆਗ ਕੇ ਪੂਰਨ ਰੂਪ ਦੇ ਵਿੱਚ ਨਿਰਿਛਤ ਹੋ ਕੇ ਸੇਵਾ ਔਰ ਸਿਮਰਨ ਕਰਨਾ, ਬਾਣੀ ਪੜ੍ਹਨੀ, ਉਹਨਾਂ ਕਰਮਾਂ ਨੂੰ ਨਿਸਕਾਮ ਕਰਮ ਕਿਹਾ ਜਾਂਦਾ ਹੈ। ਦੋ ਤਰ੍ਹਾਂ ਦੇ ਕਰਮ ਲੋਕ ਕਰਦੇ ਆ, ਧਾਰਮਿਕ ਮਾਰਗ ਵਿੱਚ, ਪਰਮਾਰਥ ਦੇ ਮਾਰਗ ਵਿੱਚ, ਕੋਈ ਕਾਮਨਾ ਦੇ ਸਹਿਤ ਸਕਾਮੀ ਹੋ ਕੇ ਇੱਛਾ ਪੂਰੀ ਕਰਨ ਵਾਸਤੇ ਕਰਮ ਕਰਦਾ ਹੈ, ਕੋਈ ਨਿਸਕਾਮੀ ਗੁਰਮੁਖ ਸੇਵਾ ਕਰਦਾ ਹੈ। ਧਰਮ ਰਾਏ ਕੇ ਢਿੱਗ ਸਭ ਕੋਏ, ਮਹਾਰਾਜ ਧਰਮ ਰਾਜਾ ਜਿਹੜਾ ਹੈ, ਜਦੋਂ ਜੀਵਾਂ ਕੋਲੋਂ ਰੱਤੀਓ ਮਾਸਾਂ ਤੋਲ ਕਢਾਵਣਿਆ, ਧਰਮ ਰਾਜੇ ਦੇ ਕੋਲੇ ਇਹਨਾਂ ਵਿੱਚੋਂ ਸਾਰੇ ਜੀਵ ਹੀ ਜਾਂਦੇ ਆ, ਜਾਂ ਇਹਨਾਂ ਵਿੱਚੋਂ ਕਿਹੜੇ ਜਾਂਦੇ ਕਿਹੜੇ ਨਹੀਂ ਜਾਂਦੇ ਹਨ, ਲੇਖਾ ਆਪਣਾ ਪੂਰਾ ਕਰਨ ਵਾਸਤੇ। ਪਾਪ ਪੁੰਨ ਕੋ ਲੇਖਾ ਹੋਏ, ਮਹਾਰਾਜ ਉੱਥੇ ਪਾਪਾਂ ਦਾ ਵੀ ਤੇ ਪੁੰਨਾਂ ਦਾ ਵੀ ਪੂਰਾ ਪੂਰਾ ਹਿਸਾਬ ਹੁੰਦਾ ਵਾਹਿਗੁਰੂ ਦੀ ਦਰਗਾਹ ਦੇ ਵਿੱਚ। ਫਲ ਦੋਨ ਹਨ ਕੇ ਨਿਆਰੇ ਨਿਆਰੇ, ਦੋਨਾਂ ਦੇ ਫਲ ਵੀ ਵੱਖੋ ਵੱਖਰੇ ਆ, ਪਾਪ ਦਾ ਫਲ ਵੀ ਬੰਦੇ ਨੂੰ ਭੋਗਣਾ ਪੈਂਦਾ, ਪੁੰਨ ਚੰਗੇ ਕਰਮ ਕੀਤਿਆਂ ਦਾ ਫਲ ਵੀ ਮਨੁੱਖ ਨੂੰ ਭੋਗਣਾ ਪੈਂਦਾ, ਇਹਨਾਂ ਦੇ ਦੋਨਾਂ ਦੇ ਫਲ ਵੀ ਅੱਡ ਅੱਡ ਹਨ, ਵੱਖਰੇ ਵੱਖਰੇ ਹਨ, ਜਾਂ ਇੱਕੋ ਹੀ ਫਲ ਹੈ, ਇਹ ਕਿਰਪਾ ਕਰਕੇ ਦੱਸਣਾ ਕਰੋ। ਕਿਦੋਂ ਸ਼ੇਖ ਰਹਿੰਦੇ ਫਲ ਵਿਆਰੇ, ਜਾਂ ਜਿਹੜਾ ਜਦੋਂ ਪਾਪਾਂ ਪੁੰਨਾਂ ਦਾ ਹਿਸਾਬ ਹੁੰਦਾ ਹੈ ਨਾ, ਉਹ ਸਮੇਂ ਮਹਾਰਾਜ ਵਿਆਰੋ ਦਾ ਅਰਥ ਹੁੰਦਾ ਵਿਆੜਨਾ,
ਭਾਵ ਬੰਦਾ ਕਿਸੇ ਸ਼ਾਹੂਕਾਰ ਕੋਲੋਂ ਕਰਜ਼ਾ ਲੈਂਦਾ, ਕਰਜ਼ਾ ਲੈਣ ਤੋਂ ਬਾਅਦ ਜਦੋਂ ਮੋੜਨ ਜਾਂਦਾ ਕਈ ਵਾਰੀ ਪੈਸੇ ਦੇ ਬਦਲੇ ਕੋਈ ਵਸਤੂਆਂ ਦਿੰਦਾ ਵੀ ਮੇਰੇ ਕੋਲ ਪੈਸੇ ਤਾਂ ਨਹੀਂ ਹਨ ਪਰ ਪੈਸੇ ਦੇ ਵਿੱਚ ਆਹ ਵਸਤੂਆਂ ਲੈ ਲਓ, ਤਾਂ ਉਹ ਸਮੇਂ ਉਹ ਸਾਰੀਆਂ ਵਸਤੂਆਂ ਨੂੰ ਇਕੱਠੀਆਂ ਕਰਕੇ ਜਦੋਂ ਲਏ ਹੋਏ ਕਰਜ਼ੇ ਦਾ ਸਾਰਾ ਹਿਸਾਬ ਕਿਤਾਬ ਪੂਰਾ ਕਰਕੇ ਫਿਰ ਜਿਹੜਾ ਬਾਕੀ ਬਚ ਜਾਂਦਾ ਉਹ ਕਰਜ਼ਾ ਲੈਣ ਵਾਲੇ ਨੂੰ ਮੋੜ ਦਿੰਦਾ। ਇਸੇ ਤਰ੍ਹਾਂ ਸੱਚੇ ਪਾਤਸ਼ਾਹ ਜਦੋਂ ਰੱਬ ਦੀ ਦਰਗਾਹ ਵਿੱਚ ਜਾਂ ਧਰਮ ਰਾਜੇ ਦੀ ਕਚਹਿਰੀ ਵਿੱਚ ਬੰਦੇ ਦੇ ਪਾਪਾਂ ਪੁੰਨਾਂ ਦਾ ਹਿਸਾਬ ਹੁੰਦਾ ਤਾਂ ਪਾਪਾਂ ਦੇ ਬਦਲੇ ਪੁੰਨਾਂ ਦੀ ਕਾਟ ਕੱਟ ਕੇ ਅਤੇ ਜਿਹੜਾ ਬਾਕੀ ਬਚਦਾ ਹੈ ਉਸ ਦਾ ਹਿਸਾਬ ਕਿਵੇਂ ਨਿਬੜਦਾ। ਇਸ ਕਰਕੇ ਮਹਾਰਾਜ ਸਾਨੂੰ ਇਹ ਸਮਝਾਉਣਾ ਕਰੋ ਕਿ ਪਾਪਾਂ ਦੇ ਹਿਸਾਬ ਵਿੱਚ ਪੁੰਨਾਂ ਦੀ ਕਾਟ ਹੁੰਦੀ ਹੈ ਕਿ ਨਹੀਂ ਹੁੰਦੀ, ਪਾਪ ਉਹਦੇ ਬਦਲੇ ਪੁੰਨ ਲੈ ਕੇ ਪਾਪ ਜਿਹੜੇ ਬਚ ਜਾਂਦੇ ਹੈ ਉਹਨਾਂ ਦਾ ਬੰਦੇ ਨੂੰ ਕੀ ਲੇਖਾ ਦੇਣਾ ਪੈਂਦਾ, ਜਾਂ ਪਾਪ ਘੱਟ ਜਾਣ ਪੁੰਨ ਵੱਧ ਜਾਣ ਅਤੇ ਪੁੰਨਾਂ ਦਾ ਫਲ ਕੀ ਹੁੰਦਾ ਹੈ, ਇਹ ਕਿਰਪਾ ਕਰਕੇ ਸਾਨੂੰ ਦੱਸਣਾ ਕਰੋ। ਸ਼੍ਰੀ ਅਰਜਨ ਸੁਣ ਬਾਕ ਬਖਾਨੇ, ਇਹਨਾਂ ਦਾ ਪ੍ਰਸ਼ਨ ਸੁਣ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੇ ਪਾਵਨ ਪਵਿੱਤਰ ਮੁਖਾਰ ਬਿੰਦ ਤੋਂ ਬਚਨ ਕੀਤੇ ਹਨ। ਚਾਰ ਪ੍ਰਕਾਰਨ ਕੇ ਸਿੱਖ ਜਾਣੇ, ਮਹਾਰਾਜ ਕਹਿੰਦੇ ਭਾਈ ਚਾਰ ਤਰ੍ਹਾਂ ਦੇ ਸਿੱਖ ਜਾਣੇ ਜਾਂਦੇ ਹਨ। ਇੱਕ ਸਹਿ ਕਾਮ ਕਰਮ ਕੇ ਕਰਤਾ, ਇੱਕ ਤਾਂ ਕਾਮਨਾ ਦੇ ਸਹਿਤ ਹੋ ਕੇ ਆਪਣੀ ਇੱਛਾ ਦੀ ਪੂਰਤੀ। ਯਾਰ ਆਵਾਜ਼ ਤੇਰੀ ਨਹੀਂ ਸਪੀਕਰਾਂ ਦੀ ਠੀਕ, ਉਦਣ ਬੇਰ ਸਾਹਿਬ ਵੀ ਬਹੁਤ ਸੰਗਤ ਨੂੰ ਬੇਰਸੀ ਹੋਈ, ਅੱਜ ਵੀ ਵਿੱਚ ਆਵਾਜ਼ ਵੀ ਜਾਈ ਜਾਂਦੀ ਹੈ ਔਰ ਸਹੀ ਢੰਗ ਨਾਲ ਸੁਣਨਾ ਹੀ ਨਹੀਂ ਪਾ ਰਿਹਾ ਸੰਗਤ ਨੂੰ। ਇੱਕੋ ਹੀ ਸਪੀਕਰ ਦਾ ਮਤਲਬ ਹੁੰਦਾ ਵੀ ਸੰਗਤ ਕੋਲ ਚੰਗੀ ਤਰ੍ਹਾਂ ਸਾਰੀ ਵਿਚਾਰ ਪਹੁੰਚ ਜਾਏ। ਸੋ ਸਤਿਗੁਰੂ ਮਹਾਰਾਜ ਕਹਿਣ ਲੱਗੇ ਕਿ ਇੱਕ ਸਹਿਕਾਮੀ ਹੁੰਦੇ ਆ ਕਾਮਨਾ ਵਾਲੇ, ਜਿਨ੍ਹਾਂ ਨੇ ਕੋਈ ਇੱਛਾ ਕਰਕੇ ਸਤਿਸੰਗ ਜੀ ਕਾਮਨਾ ਦੀ ਮਨ ਵਿੱਚ ਇੱਛਾ ਲਈ ਵੀ ਸੱਚੇ ਪਾਤਸ਼ਾਹ ਮੇਰੀ ਇਹ ਇੱਛਾ ਪੂਰੀ ਹੋ ਜਾਏ, ਕਾਮਨਾ ਪੂਰੀ ਹੋ ਜਾਏ, ਮੈਂ ਇੰਨੀ ਸੇਵਾ ਕਰਾਂਗਾ ਜਾਂ ਗੁਰੂ ਘਰ ਇੰਨੇ ਦਿਨ ਝਾੜੂ ਦਿਆਂਗਾ, ਮਹਾਰਾਜ ਮੇਰਾ ਆਹ ਫੁਰਨਾ ਪੂਰਾ ਕਰ ਦਿਓ। ਕੋਈ ਦੁੱਧ ਮੰਗਦਾ, ਕੋਈ ਪੁੱਤਰ ਮੰਗਦਾ, ਕੋਈ ਰੋਗਾਂ ਦੀ ਨਿਵਿਰਤੀ ਮੰਗਦਾ, ਇਹ ਕਾਮਨਾ ਦੇ ਸਹਿਤ ਦਾਤਾਂ ਮੰਗਣੀਆਂ ਔਰ ਉਹਦੇ ਬਦਲੇ ਵਿੱਚ ਕੋਈ ਨਾ ਕੋਈ ਸੇਵਾ ਕਰਨੀ। ਇਸ ਕਰਕੇ ਕਾਮਨਾ ਦੇ ਸਹਿਤ ਜਿਹੜੇ ਕਰਮ ਕਰਦੇ ਹਨ ਉਹਨਾਂ ਨੂੰ ਸਕਾਮੀ ਕਿਹਾ ਜਾਂਦਾ ਹੈ। ਮਹਾਰਾਜ ਕਹਿੰਦੇ ਚਾਰ ਤਰ੍ਹਾਂ ਦੇ ਸਿੱਖ ਹੈ, ਇੱਕ ਤਾਂ ਸਕਾਮੀ ਕਾਮਨਾ ਦੇ ਸਹਿਤ ਕਰਮ ਕਰਦੇ ਹਨ, ਨਿਸ਼ਕਾਮ ਕਰਮ ਕੋ ਧਰਤਾ, ਵੈ ਦੂਸਰੇ ਨਿਸ਼ਕਾਮ ਕਰਮ ਕਰਦੇ ਆ, ਕਾਹੂ ਫਲ ਕੀ ਇੱਛਾ ਨਹੀਂ ਬਾਛੈ, ਕੇਵਲ ਭਗਤ ਕੀਰਤਨ ਸੰਗ ਰਚੈ। ਹੁਣ ਜ਼ਿਆਦਾ ਉੱਚੀ ਹੋ ਗਈ, ਕੇਵਲ ਭਗਤੀ ਦੇ ਰੰਗ ਵਿੱਚ ਰੰਗੇ ਰਹਿਣਾ, ਸੇਵਾ ਕਰਨੀ
ਬਾਣੀ ਪੜ੍ਹਨੀ, ਨਾਮ ਜਪਣਾ, ਪਰ ਇੱਛਾ ਕੋਈ ਨਾ ਰੱਖਣੀ। ਕਾਮਨਾ ਤੋਂ ਰਹਿਤ ਹੋ ਕੇ ਕਰਮ ਕਰਨੇ, ਉਹਨਾਂ ਨੂੰ ਨਿਸਕਾਮੀ ਕਿਹਾ ਜਾਂਦਾ ਹੈ। ਕਾਮਨਾ ਵਾਲਿਆਂ ਨੂੰ ਸਕਾਮੀ, ਕਾਮਨਾ ਤੋਂ ਰਹਿਤ ਵਾਲਿਆਂ ਨੂੰ ਨਿਸ਼ਕਾਮੀ ਕਿਹਾ ਜਾਂਦਾ ਹੈ। ਕਰ ਉਪਾਸਨਾ ਤ੍ਰਿਤੀ ਪਛਾਨੋ, ਤੀਜੀ ਉਪਾਸਨਾ ਕਰਨ ਵਾਲੇ, ਅੱਠੇ ਪਹਿਰ ਵਾਹਿਗੁਰੂ ਦੀ ਭਗਤੀ ਕਰਨ ਵਾਲੇ, ਜਿਹੜੇ ਕੇਵਲ ਨਰੋਲ ਪ੍ਰਭੂ ਦੀ ਭਗਤੀ ਕਰਦੇ ਆ, ਨਾਮ ਜਪਦੇ ਆ, ਉਹ ਭਗਤੀ ਕਰਨ ਵਾਲੇ। ਤੀਸਰੇ ਸਿੱਖ ਜਾਣਨਾ ਕਰੋ, ਚਤੁਰਥ ਬ੍ਰਹਮ ਗਿਆਨੀ ਸਿੱਖ ਜਾਣੋ, ਚੌਥੇ ਬ੍ਰਹਮ ਗਿਆਨੀ ਸਿੱਖ ਜਾਣਨਾ ਕਰੋ। ਇਹ ਚਾਰ ਤਰ੍ਹਾਂ ਦੇ ਮਹਾਰਾਜ ਕਹਿੰਦੇ ਸਾਡੇ ਸਿੱਖ ਹੈ। ਫਿਰ ਦੁਬਾਰਾ ਸਮਝ ਲਓ, ਇੱਕ ਤਾਂ ਸਕਾਮੀ, ਦੂਜੇ ਨਿਸਕਾਮੀ, ਤੀਜੇ ਭਗਤੀ ਕਰਨ ਵਾਲੇ ਉਪਾਸ਼ਕ, ਚੌਥੇ ਬ੍ਰਹਮ ਗਿਆਨੀ ਹਨ। ਤੁਮ ਚਾਰਨ ਮੈਂ ਬੁੱਝੋ ਕੌਣ, ਮਹਾਰਾਜ ਕਹਿੰਦੇ ਤੁਸੀਂ ਚਾਰਾਂ ਵਿੱਚੋਂ ਕਿਹਨਾਂ ਦੇ ਬਾਰੇ ਪੁੱਛਿਆ, ਵੀ ਕਿਹੜੇ ਸਿੱਖ ਨੂੰ ਕਿਹੜੀ ਸਾਧਨਾ ਦਾ ਕੀ ਫਲ ਮਿਲਦਾ ਹੈ, ਇਹ ਸਾਨੂੰ ਦੱਸਣਾ ਕਰੋ। ਸਿੱਖਾਂ ਨੂੰ ਦੁਬਾਰਾ ਪੁੱਛਿਆ ਸਤਿਗੁਰਾਂ ਨੇ, ਕਰੈ ਸੁਨਾਵਨ ਜਸ ਗਤ ਤੌਣ, ਇਸ ਕਰਕੇ ਜਿਹੋ ਜਿਹੋ ਜੀ ਉਹਨਾਂ ਦੀ ਗਤੀ ਹੋਏਗੀ, ਭਾਵ ਜਿਹੋ ਜਿਹੋ ਜਿਹਾ ਉਹਨਾਂ ਨੂੰ ਫਲ ਮਿਲਦਾ, ਜਿਹੋ ਜਿਹੀ ਉਹਨਾਂ ਦੀ ਦਸ਼ਾ ਹੁੰਦੀ ਹੈ, ਉਹੋ ਜਿਹਾ ਤੁਹਾਨੂੰ ਉਸ ਬਾਰੇ ਨਿਰਣਾ ਕਰਕੇ ਦੱਸਾਂਗੇ। ਸੁਣ ਸਿੱਖਨ ਭਾਕਿਓ ਜੇ ਚਾਰੋਂ, ਉਸ ਵਕਤ ਸਿੱਖਾਂ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ, ਚਾਰੇ ਤਰ੍ਹਾਂ ਦੇ ਜਿਹੜੇ ਸਿੱਖ ਹੈ ਆਪ ਜੀ ਦੇ, ਜਿਮ ਬਿਰਤਾਂਤ ਹੋਏ ਤਥਾ ਉਚਾਰੋਂ, ਜਿਵੇਂ ਉਹਨਾਂ ਨੂੰ ਉਹਦਾ ਫਲ ਮਿਲਦਾ ਨਾ ਕੀਤੀ ਘਾਲਣਾ ਦਾ, ਉਹ ਚਾਰਾਂ ਬਾਰੇ ਹੀ ਆਪ ਕਿਰਪਾ ਕਰਕੇ ਸਾਨੂੰ ਦੱਸਣਾ ਕਰੋ, ਗਿਆਨ ਕਰਾਓ ਗਰੀਬ ਨਵਾਜ ਜੀ। ਗੁਰੂ ਕਹਿਣ ਲੱਗੇ ਤਿਸ ਕਾਲ, ਉਹ ਸਮੇਂ ਗੁਰੂ ਸਾਹਿਬ ਜੀ ਨੇ ਉੱਤਰ ਦਿੱਤਾ ਸਿੱਖਾਂ ਦੇ ਬੇਨਤੀ ਕਰਨ ਤੋਂ, ਧੰਨ ਗੁਰੂ ਅਰਜਨ ਦੇਵ ਜੀ ਨੇ, ਜਿਮ ਇੱਕ ਹੋਤ ਮਹਾ ਪਹਿਪਾਲ, ਮਹਾਰਾਜ ਕਹਿੰਦੇ ਜਿਵੇਂ ਇੱਕ ਕੋਈ ਰਾਜਾ ਹੁੰਦਾ ਹੈ ਧਰਤੀ ਦੇ ਉੱਤੇ ਕਿਸੇ ਇਲਾਕੇ ਦਾ, ਚਾਰ ਪ੍ਰਕਾਰ ਪ੍ਰਜਾ ਤਿਸ ਕੇਰੀ, ਉਹਦੀ ਵੀ ਚਾਰ ਤਰ੍ਹਾਂ ਦੀ ਪ੍ਰਜਾ ਹੁੰਦੀ ਹੈ ਰਹਿਣ ਵਾਲੀ, ਇੱਕ ਤਾਂ ਖੇਤੀ ਕਰੇ ਕਨੇਰੀ, ਇੱਕ ਤਾਂ ਖੇਤੀ ਬਹੁਤ ਕਰਦੇ ਹੈ, ਫਸਲ ਬੀਜਦੇ ਆ ਤੇ ਖੇਤੀ ਕਰਦੇ ਹਨ, ਨਿਰਪ ਕੋ ਨਰ ਤਨ ਉਪਰ ਰਹੇ, ਪੁਰਾਣੇ ਸਮਿਆਂ ਦੇ ਵਿੱਚ ਲੋਕ ਖੇਤੀ ਕਰਿਆ ਕਰਦੇ ਸਨ ਸਾਧ ਸੰਗਤ ਜੀ, ਪਰ ਜਦੋਂ ਫਸਲ ਪੱਕ ਦੇਣੀ ਨਾ, ਫਸਲ ਕੱਟਣੀ, ਦਾਣੇ ਬਾਹਰ ਕੱਢਣੇ, ਤਾਂ ਰਾਜਿਆਂ ਦੇ ਬੰਦਿਆਂ ਨੇ ਉਦੋਂ ਆ ਕੇ ਪਿੰਡਾਂ ਵਿੱਚ ਫਸਲ ਉੱਤੇ ਪਹਿਰੇਦਾਰੀ ਰੱਖਣੀ, ਨਿਗਾਹ ਰੱਖਣੀ ਕਿ ਫਸਲ ਕਿੰਨੀ ਹੋਈ ਹੈ, ਔਰ ਫਸਲ ਦਾ ਹਿਸਾਬ ਕਿਤਾਬ ਰੱਖਦੇ ਸਨ, ਔਰ ਜ਼ਮੀਨਾਂ ਦੀ ਮਾਲਕੀ ਆਪਣੀ ਰੱਖਦੇ ਸਨ ਰਾਜੇ ਲੋਕ। ਪੁਰਾਣੇ ਸਮਿਆਂ ਵਿੱਚ ਜੋ ਵੀ ਜ਼ਮੀਨ ਜਾਇਦਾਦ ਹੁੰਦੀ, ਉਸ ਦੀ ਨਿੱਜੀ ਮਾਲਕੀ ਮਲਕੀਅਤ ਰਾਜੇ ਦੀ ਹੋਇਆ ਕਰਦੀ ਸੀ, ਲੋਕਾਂ ਦੀ ਨਹੀਂ ਹੋਇਆ ਕਰਦੀ ਸੀ। ਲੋਕ ਤਾਂ ਵਿਚਾਰੇ ਸਾਧ ਸੰਗਤ ਜੀ ਕੇਵਲ ਫਸਲ ਬੀਜ ਕੇ ਉਹਦੇ ਵਿੱਚੋਂ ਕੁਝ ਹਿੱਸਾ ਆਪਣੇ ਪਰਿਵਾਰ ਦੇ ਗੁਜ਼ਾਰੇ ਜੋਗਾ ਲੈ ਲੈਂਦੇ, ਬਾਕੀ ਸਾਰੀ ਖਜ਼ਾਨੇ ਵਿੱਚ ਹੀ ਜਾ ਕੇ ਜਮ੍ਹਾਂ ਹੋ ਜਾਇਆ ਕਰਦੀ, ਬੜਾ ਜਬਰ ਹੋਇਆ ਕਰਦਾ। ਇਹ ਤਾਂ ਧੰਨ ਬਾਬਾ ਬੰਦਾ ਸਿੰਘ ਜੀ ਬਹਾਦਰ, ਜਦੋਂ ਉਹਨਾਂ ਨੇ ਸਰਹੰਦ ਦੀ ਇੱਟ ਨਾਲ ਇੱਟ ਖੜਕਾਈ, ਔਰ ਉਸ ਸਮੇਂ ਸਾਧ ਸੰਗਤ ਜੀ ਸਿੱਖ ਰਾਜ ਸਥਾਪਿਤ ਕੀਤਾ,
ਉਦੋਂ ਲੋਕਾਂ ਨੂੰ ਜ਼ਮੀਨਾਂ ਦੇ ਘਰਾਂ ਦੇ ਮਾਲਕੀ ਦੇ ਹੱਕ ਉਹਨਾਂ ਨੇ ਦਿੱਤੇ। ਉਦੋਂ ਉਹਨਾਂ ਨੇ ਕਾਨੂੰਨ ਤੋੜਿਆ ਸਭ ਤੋਂ ਪਹਿਲਾਂ ਇਸ ਧਰਤੀ ਦੇ ਉੱਤੇ। ਇਹ ਬੜਾ ਵੱਡਾ ਜ਼ਬਰ ਜ਼ੁਲਮ ਹੁੰਦਾ ਸੀ ਉਹਨਾਂ ਸਮਿਆਂ ਵਿੱਚ। ਸੋ ਸਤਿਗੁਰੂ ਜੀ ਕਹਿੰਦੇ ਰਾਜੇ ਦੇ ਬੰਦੇ ਜਿਹੜੇ ਹੁੰਦੇ ਆ ਉਹ ਖੇਤਾਂ ਉੱਤੇ ਫਸਲ ਉੱਤੇ ਅੱਠੇ ਪਹਿਰ ਪਹਿਰਾ ਰੱਖਦੇ ਹਨ, ਘੁੰਮਦੇ ਹੈ ਔਰ ਨਿਗਰਾਨੀ ਤੇ ਨਜ਼ਰਸਾਨੀ ਕਰਦੇ ਹੈ। ਔਰ ਭਾਵਲੀ ਹੁੰਦਾ ਭੌਲੀ, ਵੰਡਾਈ ਮਾਲਵੇ ਵਿੱਚ ਭੌਲੀ ਕਹਿ ਦਿੰਦੇ ਆ ਇਸ ਨੂੰ। ਇਉਂ ਵੰਡਾਈ ਭਾਵ ਜਾਂ ਇਉਂ ਕਹਿ ਲਓ ਕਿ ਜਿਵੇਂ ਲੋਕਾਂ ਨੇ ਕਿਸੇ ਨੂੰ ਆਪਣੀ ਜ਼ਮੀਨ ਇੱਕ ਤਾਂ ਠੇਕੇ 'ਤੇ ਦੇਣ ਵਾਲੇ ਹੈ, ਇੱਕ ਹਿੱਸੇ 'ਤੇ ਦੇਣ ਵਾਲੇ ਵੀ ਇੰਨੀ ਫਸਲ ਹੋਏਗੀ ਉਹਦੇ ਵਿੱਚੋਂ ਖਰਚਾ ਪਾਣੀ ਕੱਢ ਕੇ ਅੱਧੀ ਅੱਧੀ ਵੰਡਾਂਗੇ, ਅੱਧੀ ਖੇਤੀ ਕਰਨ ਵਾਲੇ ਦੀ ਅੱਧੀ ਮਾਲਕ ਦੀ। ਇਉਂ ਉਹ ਫਸਲ ਦੇ ਵਿੱਚੋਂ ਸਾਰਾ ਅੰਨ ਆਦਿਕ ਜਿਹੜਾ ਆਪਸ ਦੇ ਵਿੱਚ ਵੰਡਦੇ ਸਨ। ਸਦਾ ਮੁਹੱਸਲ ਬੰਟ ਹੈ ਦਾਨਾ, ਉਹ ਵੰਡਾਵਾ ਜਿਹੜਾ ਗਰਾਉਣ ਵਾਲਾ ਉਹ ਦਾਣਾ ਆਪਣੀ ਮਰਜ਼ੀ ਨਾਲ ਵੰਡਦਾ ਮਾਲਕ ਨੂੰ, ਭਾਵ ਖੇਤੀ ਕਰਨ ਵਾਲੇ ਨੂੰ, ਜ਼ਿਮੀਦਾਰ ਨੂੰ, ਮਜਾਰਿਆਂ ਨੂੰ, ਮਜਾਰੇ ਕਹਿ ਲਓ ਜਿਹੜੇ ਕੇਵਲ ਖੇਤੀ ਕਰਦੇ ਵਿਚਾਰੇ, ਮਾਲਕੀ ਉਹਨਾਂ ਦੀ ਹੁੰਦੀ ਨਹੀਂ ਸੀ, ਆਪਣੀ ਮਰਜ਼ੀ ਨਾਲ ਹੀ ਅੰਨ ਵੰਡ ਕੇ ਦਿੰਦਾ। ਜਿੰਨਾ ਕੁ ਉਹਨਾਂ ਨੇ ਮਿੱਥਿਆ ਹੁੰਦਾ ਸੀ ਵੀ ਇੰਨਾ ਕੁ ਖੇਤੀ ਕਰਨ ਵਾਲੇ ਦਾ ਹਿੱਸਾ ਰੱਖਣਾ, ਬਾਕੀ ਰਾਜੇ ਦੇ ਖਜ਼ਾਨੇ ਵਿੱਚ ਲਿਆ ਕੇ ਜਮ੍ਹਾਂ ਕਰਾਉਣਾ। ਸਾਧ ਸੰਗਤ ਜੀ, ਮੈਂ ਪੁਰਾਣੇ ਬਜ਼ੁਰਗਾਂ ਤੋਂ ਸੁਣਿਆ ਰਿਆਸਤਾਂ ਦੇ ਇਲਾਕੇ ਵਿੱਚ, ਜਿਵੇਂ ਨਾਭਾ ਰਿਆਸਤ, ਪਟਿਆਲਾ ਰਿਆਸਤ, ਅੱਗੇ ਜੀਂਦ ਰਿਆਸਤ, ਕਪੂਰਥਲਾ ਰਿਆਸਤ, ਇਹ ਰਿਆਸਤਾਂ ਸਨ, ਕਿ ਰਿਆਸਤਾਂ ਦੇ ਰਾਜੇ ਕੀ ਕਰਦੇ ਸਨ, ਕਣਕ ਜਿੰਨੀ ਵੀ ਹੋਣੀ ਸਾਰੀ ਦੀ ਸਾਰੀ ਆਪਣੇ ਖਜ਼ਾਨੇ ਵਿੱਚ ਲਿਜਾ ਕੇ ਜਮ੍ਹਾਂ ਕਰ ਲੈਣੀ। ਔਰ ਲੋਕਾਂ ਨੇ ਚੋਰੀ ਛਿੱਪੇ ਘੜਿਆਂ ਵਿੱਚ ਕਣਕ ਦੇ ਕੁਝ ਦਾਣੇ ਪਾ ਕੇ ਰੱਖ ਲੈਣੇ ਵੀ ਪਤਾ ਨਾ ਲੱਗੇ ਜਦੋਂ ਕੋਈ ਘਰ ਵਿੱਚ ਪ੍ਰਾਹੁਣਾ ਆਉਣਾ ਉਸ ਨੂੰ ਕਣਕ ਦਾ ਆਟਾ ਪੀ ਕੇ ਪ੍ਰਾਹੁਣੇ ਦੇ ਸਤਿਕਾਰ ਲਈ ਉਸ ਨੂੰ ਪ੍ਰਸ਼ਾਦਾ ਛਕਾਉਣਾ। ਬਾਕੀ ਸਾਰਾ ਸਾਲ ਲੋਕ ਵਿਚਾਰੇ ਰੁੱਖੀ ਮਿੱਸੀ ਜਾਂ ਚੌਲ ਉਬਾਲ ਕੇ ਹੀ ਆਪਣਾ ਗੁਜ਼ਾਰਾ ਕਰਦੇ ਸਨ। ਬੜਾ ਵੱਡਾ ਲੋਕਾਂ ਦੇ ਨਾਲ ਬੇਇਨਸਾਫੀ ਧੱਕਾ ਹੁੰਦਾ ਸੀ ਰਿਆਸਤਾਂ ਦੇ ਰਾਜ ਵਿੱਚ ਵੀ। ਇਸ ਕਰਕੇ ਕਹਿੰਦੇ ਵੀ ਜਿਹੜਾ ਮੁਹੱਸਲ ਵੰਡਾਵਾ ਹੁੰਦਾ ਸੀ ਉਹ ਦਾਣਾ ਆਪਣੀ ਮਰਜ਼ੀ ਨਾਲ ਵੰਡਿਆ ਕਰਦਾ। ਜੇ ਖਿਆਨਤ ਕੋ ਕਰੇ ਅਜਾਨਾ, ਅਜਾਣਪੁਣੇ ਵਿੱਚ ਜੇ ਕਿਸੇ ਕੋਲੋਂ ਕੋਈ ਅਮਾਨਤ ਵਿੱਚ ਖਿਆਨਤ ਹੋ ਜਾਂਦੀ, ਭਾਵ ਜ਼ਿਮੀਦਾਰ ਕੋਲੋਂ ਕੋਈ ਕਿਸੇ ਕਾਰਨ ਕਰਕੇ ਦਾਣੇ ਤਿਆਰ ਕਰਦਿਆਂ ਜਾਂ ਫਸਲ ਨੂੰ, ਸਾਧ ਸੰਗਤ ਜੀ ਦਾਣਿਆਂ ਨੂੰ ਗਾਹ ਕੇ ਚੰਗੀ ਤਰ੍ਹਾਂ ਔਰ ਉਸ ਤੋਂ ਬਾਅਦ ਢੇਰ ਆਦਿਕ ਲਾਉਂਦਿਆਂ ਲਾਉਂਦਿਆਂ ਦਾਣਿਆਂ ਦਾ ਵਜ਼ਨ ਘੱਟ ਜਾਣਾ ਕਿਸੇ ਕਾਰਨ ਬਸ, ਜਾਂ ਕਿਸੇ ਨੇ ਥੋੜ੍ਹੀ ਬਹੁਤੀ ਅਮਾਨਤ ਵਿੱਚ ਖਿਆਨਤ ਉਰੇ ਪੁਰੇ ਕਰ ਲੈਣਾ ਅਨਾਜ, ਤਾਂ ਫਿਰ ਰਾਜੇ ਦੇ ਬੰਦੇ ਉਸ ਨੂੰ ਬੜਾ ਭਾਰੀ ਡੰਨ ਦਿਆ ਕਰਦੇ ਸਨ। ਅਜਾਣਪੁਣੇ ਵਿੱਚ ਵੀ ਜੇ ਕੋਈ ਖਿਆਨਤ ਹੋ ਜਾਣੀ,
ਗਲਤੀ ਹੋ ਜਾਣੀ, ਕੋਈ ਉਰਾ ਪਰਾ ਹੋ ਜਾਣਾ। ਦੰਡ ਦੇ ਰੱਖੈ ਸੁਖ ਚੁਕਸਾਈ, ਖੇਤੀ ਕਰਨ ਵਾਲੇ ਨੂੰ ਬੜਾ ਡੰਨ ਦਿੰਦੇ ਸਨ, ਬੜੀ ਚੌਕਸੀ ਨਿਗਰਾਨੀ ਰੱਖਦੇ ਸਨ। ਹੋਇਓ ਅੰਨ ਸਭ ਲਹੇ ਬਟਾਈ, ਜਿੰਨਾ ਅੰਨ ਹੁੰਦਾ ਸੀ ਸਾਰੀ ਬਟਾਈ ਵੰਡ ਕੇ ਲੈ ਲੈਂਦੇ, ਇਹਨੂੰ ਬਟਾਈ ਵੀ ਕਹਿੰਦੇ ਆ, ਅੱਧਾ ਅੱਧਾ ਵੰਡਣਾ। ਇਹ ਤਾਂ ਆਪਸ ਦੇ ਵਿੱਚ ਸੀ, ਪਰ ਰਾਜੇ ਲੋਕ ਨਹੀਂ ਇਸ ਤਰ੍ਹਾਂ ਕਰਦੇ ਸਨ। ਬਹੁਤ ਘੱਟ ਹਿੱਸਾ, ਚਾਰਾਂ ਵਿੱਚੋਂ ਤਿੰਨ ਹਿੱਸੇ ਰਾਜੇ ਦੇ ਖਜ਼ਾਨੇ ਵਿੱਚ ਚਲਿਆ ਜਾਣਾ, ਇੱਕ ਹਿੱਸਾ ਵਿਚਾਰੇ ਨੂੰ ਵਾਹੁਣ ਵਾਲੇ ਨੂੰ ਮਿਲਣਾ। ਇਸ ਕਰਕੇ ਬੜੀ ਧਿੰਗੋ ਜੋਰੀ ਹੋਇਆ ਕਰਦੀ ਸੀ। ਸੋ ਜਿਹੜਾ ਅੰਨ ਸੀ ਉਹਨੂੰ ਵੰਡਾ ਲੈਂਦੇ। ਜੇ ਕੋਈ ਬੰਦਾ ਵਿਚਾਰਾ ਕਿਸੇ ਕਾਰਨ ਵਸ ਅਜਾਣ ਪੁਣੇ ਵਿੱਚ ਵੀ, ਅਜਾਣਾ ਸ਼ਬਦ ਆਇਆ, ਅਣਜਾਣ ਪੁਣੇ ਵਿੱਚ ਵੀ ਕੋਈ ਖਿਆਨਤ ਕੋਈ ਗਲਤੀ ਹੋ ਜਾਣੀ ਨਾ, ਤਾਂ ਫਸਲ ਬੀਜਣ ਵਾਲੇ ਨੂੰ ਬੜੀ ਸਜ਼ਾ ਦਿੰਦੇ ਸਨ, ਉਹਦਾ ਸਾਰਾ ਹੀ ਅਨਾਜ ਜ਼ਬਤ ਕਰ ਲੈਂਦੇ ਸਨ। ਇਸ ਕਰਕੇ ਅੰਨ ਸਾਰਾ ਹੀ ਵੰਡ ਲੈਂਦੇ ਸਨ, ਲੈ ਜਾਂਦੇ ਸਨ। ਦੂਤੀਏ ਪਠਾ ਲਿਖਾਏ ਚੁਕਾਵੇ, ਦੂਜੀ ਪਰਜਾ ਉਹ ਹੁੰਦੀ ਸੀ ਕਿ ਰਾਜੇ ਕੋਲੋਂ ਜ਼ਮੀਨਾਂ ਦਾ ਪਟਾ ਲਿਖਾਇਆ ਹੁੰਦਾ ਸੀ ਕਾਗਜ਼ ਦੇ ਉੱਤੇ ਕਿ ਇੰਨੇ ਸਮੇਂ ਵਾਸਤੇ ਇਹ ਜ਼ਮੀਨ ਖੇਤੀ ਕਰਨ ਵਾਸਤੇ ਇਸ ਬੰਦੇ ਨੂੰ ਦਿੱਤੀ ਜਾਂਦੀ। ਅੱਜ ਕੱਲ੍ਹ ਆਪਾਂ ਨੂੰ ਠੇਕਾ ਕਹਿ ਦੇਈਦਾ, ਠੇਕੇ ਦੇ ਉੱਤੇ ਪਟਾ ਲਿਖਾ ਕੇ ਉਹ ਰਾਜੇ ਕੋਲੋਂ ਲਈ ਹੁੰਦੀ ਸੀ ਜ਼ਮੀਨ। ਖਸਟਮਾਸ ਮਹਿੰਦਰਿਪ ਨਰ ਜਾਵੇ, 6 ਮਹੀਨਿਆਂ ਬਾਅਦ ਉਹ ਬੰਦਾ ਜਿਹੜਾ ਖੇਤੀ ਕਰਦਾ ਰਾਜੇ ਕੋਲੇ ਜਾਂਦਾ, ਔਰ ਜਿੰਨੇ ਪੈਸਿਆਂ ਦੇ ਉੱਤੇ ਜ਼ਮੀਨ ਠੇਕੇ ਉੱਤੇ ਲਈ ਹੁੰਦੀ ਉਹ ਸਾਰਾ ਜਾ ਕੇ ਆਪਣਾ ਪੈਸੇ ਚੁਕਾ ਦਿੰਦਾ, ਕਰਜ਼ਾ ਪੂਰਾ ਕਰ ਆਉਂਦਾ, ਫਸਲ ਬਾੜੀ ਵੇਚ ਕੇ ਜੋ ਵੀ ਰਾਜੇ ਦੇ ਖਜ਼ਾਨੇ ਵਿੱਚ ਭਰਨਾ ਹੁੰਦਾ ਭਰਾ ਦਿਆ ਕਰਦਾ। ਕਰਿਓ ਜੋ ਹੋਤ ਦੇਤ ਤਿਸ ਤਾਈ, ਜੋ ਰਾਜੇ ਨਾਲ ਜਾਂ ਰਾਜੇ ਦੇ ਕਰਮੀਆਂ ਕਰਮਚਾਰੀਆਂ ਨਾਲ ਲੈਣ ਦੇਣ ਕੀਤਾ ਹੁੰਦਾ ਸੀ ਉਹ ਸਾਰਾ ਪੂਰਾ ਕਰਕੇ ਆਉਂਦਾ। ਅਪਰ ਚਿੰਤ ਚਿਤ ਧਰੈ ਨਕਾਈ, ਉਹਨੂੰ ਕੋਈ ਚਿੰਤਾ ਨਹੀਂ ਹੁੰਦੀ ਸੀ ਕਿਸੇ ਤਰ੍ਹਾਂ ਦੀ, ਨਾ ਉਹਦੇ ਕੋਲੋਂ ਕੋਈ ਫਸਲ ਵਡਾਉਂਦਾ ਸੀ, ਨਾ ਕੋਈ ਉਹਦੇ ਉੱਤੇ ਆਉਂਦਾ ਸੀ, ਫਸਲ ਬਹੁਤੀ ਹੋ ਜੇ ਘੱਟ ਜਾਏ ਇਹ ਜਿਹਨੇ ਠੇਕੇ 'ਤੇ ਲਈ ਆ ਉਸੇ ਦਾ ਹਿੱਸਾ ਉਸੇ ਦਾ ਅਧਿਕਾਰ ਹੁੰਦਾ ਸੀ। ਪਰ ਉਸਨੇ 6 ਮਹੀਨਿਆਂ ਬਾਅਦ ਜਾ ਕੇ ਪੈਸੇ ਜ਼ਰੂਰ ਖਜ਼ਾਨੇ ਵਿੱਚ ਜਮ੍ਹਾਂ ਕਰਾ ਦੇਣੇ ਜਿੰਨੇ ਬਣਨੇ, ਹੋਰ ਕੋਈ ਚਿੰਤਾ ਨਹੀਂ ਹੁੰਦੀ ਸੀ ਕਿਸੇ ਤਰ੍ਹਾਂ ਦਾ ਫਿਕਰ। ਤ੍ਰਿਤੀਏ ਨਰ ਸੌਗਾਤੀ ਜਾਨ, ਤੀਜੇ ਰਾਜੇ ਦੀ ਪਰਜਾ ਵਿੱਚ ਸੁਗਾਤਾਂ, ਵਪਾਰ ਕਰਨ ਵਾਲੇ, ਇੱਧਰੋਂ ਵਪਾਰ ਕਰ ਲਿਆ ਉੱਧਰ ਦੇ ਆਏ, ਉੱਧਰੋਂ ਲੈ ਕੇ ਇੱਧਰ ਲਿਆ ਕੇ ਦੇ ਤਾ, ਸੁਗਾਤਾਂ ਕੀਮਤੀ ਕੀਮਤੀ, ਉੱਧਰੋਂ ਇੱਧਰ ਉੱਧਰੋਂ ਇੱਧਰ, ਇਉਂ ਉਹਨਾਂ ਨੂੰ ਵਪਾਰੀ ਜਾਂ ਸੁਗਾਤੀਏ ਕਿਹਾ ਜਾਂਦਾ ਸੀ, ਉਹ ਸੁਗਾਤੀਏ ਲੋਕ ਹੁੰਦੇ ਸਨ। ਨਿਰਿਪ ਕੀ ਹੱਦ ਪਰ ਬਸਾ ਥਾਨ, ਉਹ ਰਾਜੇ ਦੀ ਰਾਜ ਦੀ ਹੱਦ ਉੱਤੇ ਰਹਿੰਦੇ, ਕਿਉਂਕਿ ਵਪਾਰ ਹੱਦਾਂ 'ਤੇ ਰਹਿ ਕੇ ਹੁੰਦਾ ਸੀ। ਇੱਕ ਮੁਲਕ ਵਿੱਚੋਂ ਦੂਜੇ ਮੁਲਕ ਵਿੱਚ ਸਮਾਨ ਲਿਜਾ ਕੇ ਮਹਿੰਗਾ ਵੇਚ ਦੇਣਾ, ਉੱਧਰੋਂ ਸਸਤੀਆਂ ਵਸਤੂਆਂ ਲਿਆ ਕੇ ਇੱਧਰ ਮਹਿੰਗੀਆਂ ਵੇਚ ਦੇਣੀਆਂ, ਉਹਨਾਂ ਨੂੰ ਵਪਾਰੀ ਅਤੇ ਸੁਗਾਤੀਏ, ਸੁਗਾਤਾਂ ਕੀਮਤੀ ਕੀਮਤੀ ਵਸਤੂਆਂ ਲੈ ਕੇ ਆਉਣੀਆਂ, ਇੱਧਰ ਦੇ ਦੇਣੀਆਂ ਇੱਧਰ ਲਈਆਂ ਉੱਧਰ, ਉਹਨਾਂ ਨੂੰ ਸੁਗਾਤੀ ਕਿਹਾ ਜਾਂਦਾ ਸੀ। ਸੁਗਾਤੀਏ ਰਾਜੇ ਦੀ ਹੱਦ ਦੇ ਉੱਤੇ ਰਿਹਾ ਕਰਦੇ। ਬਾਜੀ ਬਾਜ ਆਦ ਸੌਗਾਤ, ਫਿਰ ਉਹ ਕੀ ਕਰਦੇ ਸਨ, ਚੰਗੀਆਂ ਚੰਗੀਆਂ ਸੁਗਾਤਾਂ ਆਪਣੀਆਂ ਸੁਗਾਤਾਂ ਵਿੱਚੋਂ, ਚੰਗੇ ਚੰਗੇ ਬਾਜ ਘੋੜੇ, ਬਾਜੀਆਂ ਘੋੜੀਆਂ। ਸੋ ਇਸ ਕਰਕੇ ਘੋੜੇ ਔਰ ਘੋੜੀਆਂ ਦੀਆਂ ਚੰਗੀਆਂ ਚੰਗੀਆਂ ਸੁਗਾਤਾਂ ਕੀਮਤੀ
ਐਸੇ ਜਾਨਵਰ ਜਿਹੜੇ ਹੁੰਦੇ ਸਨ ਭੇਜਿਆ ਨ੍ਰਿਪਟਿਕ ਨਿਤ ਹਰ ਖਾਤ ਉਹ ਰਾਜੇ ਦੀ ਸਵਾਰੀ ਲਈ ਰਾਜੇ ਪਾਸ ਭੇਜਦੇ ਕਿ ਅਸੀਂ ਆਹ ਵਸਤੂਆਂ ਆ ਜਾਨਵਰ ਕੀਮਤੀ ਲੈ ਕੇ ਆਏ ਜਾਂ ਹੋਰ ਵੀ ਕੀਮਤੀ ਵਸਤਰ ਹੋਰ ਕੋਈ ਮੇਵੇ ਆਦਿਕ ਹੀਰੇ ਜਵਾਹਰ ਆਦਿਕ ਉਹਨਾਂ ਵਿੱਚੋਂ ਫਿਰ ਰਾਜੇ ਨੂੰ ਭੇਜ ਦਿੰਦੇ ਅਤੇ ਰਾਜਾ ਉਹਨਾਂ ਕੋਲੋਂ ਸੁਗਾਤਾਂ ਲੈ ਕੇ ਬੜਾ ਉਹਨਾਂ 'ਤੇ ਪ੍ਰਸੰਨ ਰਹਿੰਦਾ ਸੀ ਕਿ ਸਾਨੂੰ ਚੰਗਾ ਚੰਗਾ ਕੀਮਤੀ ਸਮਾਨ ਇਹਨਾਂ ਨੇ ਭੇਜਿਆ ਹੈ। ਬਹੁ ਗ੍ਰਾਮਨ ਕੇ ਰਾਜ ਕਰਨ ਤੇ ਉਹ ਬੜੋ ਬਹੁ ਗ੍ਰਾਮਨ ਕੇ ਰਾਜ ਕਰਨ ਤੇ ਉਹ ਬਹੁਤੇ ਨਗਰਾਂ ਉੱਤੇ ਉਹ ਰਾਜ ਕਰਦੇ ਸਨ। ਉਹ ਜਿਹੜੇ ਵਪਾਰੀ ਹੁੰਦੇ ਸਨ ਹੱਦਾਂ ਵਾਲੇ ਪਿੰਡਾਂ ਉੱਤੇ ਉਹ ਰਾਜ ਕਰਦੇ ਭਾਵ ਉਹਨਾਂ ਦਾ ਹੁਕਮ ਹੀ ਚੱਲਦਾ ਸੀ ਉੱਥੇ ਰਾਜਾ ਨਹੀਂ ਦਖਲ ਦਿਆ ਕਰਦਾ। ਦਰਬ ਲਹਿ ਸਭ ਸੁਖ ਭੋਗਨ ਤੇ ਪਰਜਾ ਕੋਲੋਂ ਟੈਕਸ ਲੈ ਕੇ ਆਪਣੀ ਮਰਜ਼ੀ ਦੇ ਨਾਲ ਸਾਰਾ ਸੁੱਖ ਭੋਗਦੇ ਜਿੱਥੇ ਜਿੱਥੇ ਉਹਨਾਂ ਦਾ ਰਾਜ ਹੁੰਦਾ ਉਹਨਾਂ ਦਾ ਪ੍ਰਬੰਧ ਹੁੰਦਾ ਉੱਥੇ ਰਾਜਾ ਨਹੀਂ ਦਖਲ ਦਿੰਦਾ ਸੀ ਉਹਨਾਂ ਤੋਂ ਕੇਵਲ ਸੁਗਾਤਾਂ ਹੀ ਲੈਂਦਾ ਸੀ ਇਵਜ ਵਿੱਚ ਬਾਕੀ ਪਰਜਾ ਕੋਲੋਂ ਉਹ ਜੋ ਵੀ ਉਹਨਾਂ ਦਾ ਟੈਕਸ ਬਣਦਾ ਉਹਨਾਂ ਨੇ ਲੈਣਾ ਅਤੇ ਸੁੱਖ ਭੋਗਣਾ ਪਦਾਰਥਾਂ ਦੇ ਸਹਿਤ ਹੋ ਕੇ। ਚੌਥੇ ਮਾਫੀ ਕੇਤਕ ਹੋਏ ਇੰਨੇ ਕੁ ਮਾਫੀਦਾਰ ਵੀ ਹੁੰਦੇ ਸਨ ਜਿਹਨਾਂ ਨੂੰ ਰਾਜੇ ਨੇ ਜ਼ਮੀਨਾਂ ਜਾਂ ਇਲਾਕੇ ਉਹ ਮਾਫੀਨਾਮੇ ਦੇ ਪੱਟੇ ਲਿਖੇ ਹੁੰਦੇ ਸਨ ਕਿ ਬਈ ਇਸ ਇਲਾਕੇ ਵਿੱਚੋਂ ਕੋਈ ਵੀ ਕਿਸੇ ਤਰ੍ਹਾਂ ਦਾ ਟੈਕਸ ਨਹੀਂ ਲਿਆ ਜਾਏਗਾ ਕੋਈ ਜੁਰਮਾਨਾ ਨਹੀਂ ਲਾਇਆ ਜਾਏਗਾ। ਉਹ ਮਾਫੀਦਾਰ ਹੁੰਦੇ ਸਨ ਉਹਨਾਂ ਨੂੰ ਮੁਆਫ਼ ਕੀਤਾ ਹੋਇਆ ਹੁੰਦਾ ਸੀ ਰਾਜ ਪ੍ਰਬੰਧ ਵੱਲੋਂ ਆਪਣੋ ਰਾਜ ਕਰਤ ਹੈ ਸੋਏ ਉਹ ਆਪੋ ਆਪਣੇ ਇਲਾਕਿਆਂ ਵਿੱਚ ਹਰ ਤਰ੍ਹਾਂ ਦੀ ਚਿੰਤਾ ਤੋਂ ਰਹਿਤ ਹੋ ਕੇ ਉਹ ਬੇਫਿਕਰ ਹੋ ਕੇ ਜਿੱਥੇ ਜਿੱਥੇ ਤੱਕ ਉਹਨਾਂ ਨੂੰ ਮੁਆਫ਼ੀ ਦੀ ਜ਼ਮੀਨ ਲਿਖੀ ਹੁੰਦੀ ਇਲਾਕਾ ਲਿਖਿਆ ਹੁੰਦਾ ਉੱਥੇ ਉੱਥੇ ਬੇਫਿਕਰ ਹੋ ਕੇ ਰਾਜ ਕਰਦੇ ਸਨ ਉਹਨਾਂ ਦਾ ਹੁਕਮ ਚੱਲਦਾ ਸੀ। ਨਿਰਪ ਕੇ ਸੰਗ ਚੜ੍ਹੈ ਜਾਏ ਜਾਏ ਔਰ ਨਿਰਪ ਕੇ ਸੰਗ ਚੜ੍ਹੈ ਜਹਿ ਜਾਏ ਰਾਜੇ ਦੇ ਨਾਲ ਫਿਰ ਉਹਨਾਂ ਦੀ ਇੱਕੋ ਹੀ ਡਿਊਟੀ ਹੁੰਦੀ ਸੀ ਕਿ ਰਾਜਾ ਜਦੋਂ ਕਿਤੇ ਜੰਗ ਨੂੰ ਚੜ੍ਹਦਾ ਤਾਂ ਉਹਨਾਂ ਨੇ ਆਪਣੇ ਸੂਰਮੇ ਅਤੇ ਸ਼ਸਤਰ ਵਧੀਆ ਲੈ ਕੇ ਰਾਜੇ ਦੀ ਮਦਦ ਲਈ ਨਾਲ ਜਾਣਾ ਫੌਜ ਬਣ ਕੇ। ਔਰ ਇਸੇ ਤਰ੍ਹਾਂ ਅੱਜ ਵੀ ਕਈ ਮੁਲਕਾਂ ਦੇ ਅੰਦਰ ਫੌਜ ਨਹੀਂ ਰੱਖੀ ਹੋਈ ਉੱਥੋਂ ਦੀ ਪਰਜਾ ਦੀ ਹਿਫਾਜ਼ਤ ਫਿਰ ਵੱਡੇ ਵੱਡੇ ਮੁਲਕ ਆਪਣੀ ਫੌਜ ਦੁਆਰਾ ਕਰਦੇ ਜਿਵੇਂ ਅਮੈਰੀਕਾ ਦੇ ਅਧੀਨ ਕਈ ਐਸੇ ਮੁਲਕ ਹੈ ਉਹਨਾਂ ਮੁਲਕਾਂ ਦੇ ਵਿੱਚ ਉਹਨਾਂ ਮੁਲਕਾਂ ਦੀ ਰਾਖੀ ਅਮਰੀਕਾ ਦੀ ਫੌਜ ਕਰਦੀ ਹੈ। ਹਿੰਦੁਸਤਾਨ ਦੇ ਇਰਦ ਗਿਰਦ ਵੀ ਛੋਟੇ ਛੋਟੇ ਰਾਜ ਹੈ ਉੱਥੇ ਇਹਨਾਂ ਦੀ ਫੌਜ ਉਹਨਾਂ ਦੀ ਰੱਖਿਆ ਕਰਦੀ ਹੈ। ਇਉਂ ਉਹਨਾਂ ਦਾ ਇੱਕੋ ਹੀ ਕੰਮ ਹੁੰਦਾ ਸੀ ਰਾਜੇ ਨਾਲ ਜਦੋਂ ਕਿਤੇ ਰਾਜਾ ਚੜ੍ਹਾਈ ਕਰਦਾ ਤਾਂ ਆਪਣੀ ਫੌਜ ਸ਼ਸਤਰਧਾਰੀ ਸੂਰਮੇ ਰਾਜੇ ਦੀ ਮਦਦ ਲਈ ਨਾਲ ਜਾਂਦੇ ਸਨ ਉਹਨਾਂ ਨੂੰ ਇਸ ਗੱਲ ਦੀ ਮੁਆਫ਼ੀ ਮਿਲੀ ਹੋਈ ਹੁੰਦੀ ਸੀ। ਜਾਂ ਫਿਰ ਸਾਧ ਸਿੰਘ ਜੀ ਰਾਜਾ ਕਿਤੇ ਸ਼ਿਕਾਰ ਚੜ੍ਹਦਾ ਤਾਂ ਵੀ ਰਾਜੇ ਦੀ ਰੱਖਿਆ ਵਾਸਤੇ ਨਾਲ ਜਾਂਦੇ ਸਨ ਆਪਣੇ ਬੰਦੇ ਭੇਜਿਆ ਕਰਦੇ। ਸਭ ਪਰ ਆਪਣੋ ਹੁਕਮ ਚਲਾਏ ਔਰ ਸਾਰਿਆਂ ਉੱਤੇ ਪਰਜਾ ਉੱਤੇ ਉਹਨਾਂ ਦਾ ਹੁਕਮ ਚੱਲਦਾ ਸੀ ਉਹਨਾਂ ਦੇ ਅਧੀਨ ਜਿਹੜਾ ਇਲਾਕਾ ਹੋਇਆ ਕਰਦਾ। ਖਾਣਾ ਅਰ ਦਾਣਾ ਹੋਏ ਜੋਏ ਜੋ ਖਾਣਾ ਜੋ ਦਾਣਾ ਜਿੰਨਾ ਵੀ ਹੁੰਦਾ ਲੈਂਦੇ ਮਹਿ ਪਾਲਕ ਤੇ ਸੋਏ ਉਹ ਰਾਜੇ ਕੋਲੋਂ ਲੈਂਦੇ ਸਨ ਰਾਜੇ ਦੇ ਖਜ਼ਾਨੇ ਵਿੱਚੋਂ ਕਿਉਂ ਰਾਜੇ ਦੀ
ਫੌਜ ਵਾਲੀ ਸਾਰੀ ਡਿਊਟੀ ਦਿਆ ਕਰਦੇ ਸਨ। ਲਖੋ ਪ੍ਰਜਾ ਪ੍ਰਭ ਕੀ ਇਹ ਮਚਾਰ, ਮਹਾਰਾਜ ਕਹਿੰਦੇ ਇਸੇ ਤਰ੍ਹਾਂ ਪਰਮੇਸ਼ਰ ਹੈ ਕਰੋੜਾਂ ਖੰਡਾਂ ਬ੍ਰਹਿਮੰਡਾਂ ਦਾ ਰਾਜਾ, ਸਾਰੀ ਸ੍ਰਿਸ਼ਟੀ ਦਾ ਰਾਜਾ, ਕੁਲ ਕੈਨਾਤ ਦਾ ਰਾਜਾ। ਉਹਦੀ ਵੀ ਚਾਰ ਤਰ੍ਹਾਂ ਦੀ ਪ੍ਰਜਾ ਹੈ ਉਸ ਦੇ ਰਾਜ ਵਿੱਚ ਰਹਿਣ ਵਾਲੀ। ਇੱਕ ਤੋਂ ਸਹਿਕਾਮੀ ਬ੍ਰਿਤ ਧਾਰ, ਇੱਕ ਤਾਂ ਭਾਈ ਕਾਮਨਾ ਵਾਲੀ ਬਿਰਤੀ ਜਿਨ੍ਹਾਂ ਨੇ ਧਾਰਨ ਕੀਤੀ ਹੋਈ ਹੈ, ਜਿਹੜੇ ਇੱਛਾ ਦੇ ਸਹਿਤ ਹੈ, ਜਿਨ੍ਹਾਂ ਦੀਆਂ ਕਾਮਨਾਵਾਂ ਹਨ, ਫੁਰਨੇ ਹਨ, ਉਹਨਾਂ ਨੂੰ ਸਕਾਮੀ ਕਿਹਾ ਜਾਂਦਾ ਹੈ। ਕਾਮ ਰੋ ਕ੍ਰੋਧ ਕੂਰ ਕਹੋ ਲਾਗੇ, ਉਹ ਕਾਮ ਵਿੱਚ ਵੀ, ਕ੍ਰੋਧ ਵਿੱਚ ਵੀ, ਕੂਰ ਝੂਠ ਵਿੱਚ ਵੀ ਲੱਗੇ ਹੋਏ, ਫਸੇ ਹੋਏ ਹਨ। ਨਹਿ ਕਭੂ ਹਰ ਕੇ ਰਸ ਪਾਗੇ, ਕਾਮਨਾ ਵਾਲਾ ਬੰਦਾ ਪਰਮੇਸ਼ਰ ਦੇ ਨਾਮ ਦਾ ਰਸ ਨਹੀਂ ਨਾ ਲੈ ਸਕਦਾ, ਉਹ ਤਾਂ ਪਦਾਰਥਾਂ ਦਾ ਰਸੀ ਆ, ਵੀ ਆਹ ਪਦਾਰਥ ਮੈਨੂੰ ਮਿਲ ਜਾਏ, ਆਹ ਮਿਲ ਜੇ, ਆਹ ਸੁੱਖ ਮਿਲ ਜੇ, ਆਹ ਮਿਲ ਜਾਏ, ਉਹ ਪਦਾਰਥਾਂ ਦਾ ਰਸੀਆ। ਹਰੀ ਦੇ ਰਸ ਵਿੱਚ ਨਹੀਂ ਉਹ ਭਿੱਜਿਆ ਹੋਇਆ ਹੈ, ਨਾਮ ਰਸ ਤੋਂ ਹੀਣਾ ਹੈ ਜਿਹੜਾ ਸਕਾਮੀ ਹੈ। ਤੀਰਥ ਦਾਨ ਬ੍ਰਤ ਜੇ ਕਰਹੀ, ਜੇ ਕਰਕੇ ਉਹ ਕੋਈ ਤੀਰਥਾਂ ਤੇ ਵੀ ਜਾਂਦੇ ਹੈ, ਬ੍ਰਤ ਵੀ ਕਰਦੇ ਹੈ, ਦਾਨ ਵੀ ਕਰਦੇ ਹਨ। ਫਲ ਹੋਏ ਅਮੁੱਕ ਕਾਮਨਾ ਧਰਹੀ, ਪਹਿਲਾਂ ਉਹ ਕਾਮਨਾ ਰੱਖਦੇ ਆ, ਮਹਾਰਾਜ ਮੈਨੂੰ ਇਹਦਾ ਆਹ ਫਲ ਮਿਲ ਜੇ, ਮੈਂ ਗੁਰਦੁਆਰੇ ਇੰਨੀ ਮਾਇਆ ਚੜ੍ਹਾਊਂਗਾ, ਇੰਨਾ ਲੰਗਰ ਵਿੱਚ ਰਾਸ਼ਨ ਦੇਊਂਗਾ, ਇੰਨੀ ਵਾਰੀ ਦਰਸ਼ਨ ਕਰਨ ਆਊਂਗਾ, ਮਹਾਰਾਜ ਮੇਰੀ ਆਹ ਇੱਛਾ ਪੂਰੀ ਕਰ ਦਿਓ। ਦਰਬਾਰ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਮਹਾਰਾਜ ਮੈਂ ਇਸ਼ਨਾਨ ਕਰਨ ਜਾਊਂਗਾ, ਦੇਗ ਵੀ ਕਰਾਊਂਗਾ, ਲੰਗਰ ਵਿੱਚ ਵੀ ਸੇਵਾ ਪਾਵਾਂਗਾ, ਪਰ ਮੇਰੀ ਆਹ ਇੱਛਾ ਪੂਰੀ ਕਰੋ। ਹਰ ਸੇਵਾ ਪਿੱਛੇ ਕੋਈ ਨਾ ਕੋਈ ਇੱਛਾ, ਕੋਈ ਨਾ ਕੋਈ ਕਾਮਨਾ, ਦਾਨ ਕਰਦਾ ਤਾਂ ਵੀ ਇੱਛਾ ਦੇ ਸਹਿਤ, ਤੀਰਥਾਂ 'ਤੇ ਜਾਂਦਾ, ਗੁਰ ਅਸਥਾਨਾਂ 'ਤੇ ਜਾਂਦਾ ਤਾਂ ਵੀ, ਜੇ ਬ੍ਰਤ ਆਦਿਕ ਵੀ ਕੋਈ ਕਰਦਾ ਤਾਂ ਵੀ। ਇਸ ਲਈ ਉਹ ਕਹਿੰਦੇ ਕਾਮਨਾ ਦੇ ਵਾਸਤੇ ਹੀ ਕਰਦਾ ਕਿ ਮੇਰੀਆਂ ਕਾਮਨਾਵਾਂ ਪੂਰੀਆਂ ਹੋ ਜਾਣ। ਤਿੰਨ ਪਰ ਧਰਮ ਰਾਏ ਕੋ ਡੰਡ, ਮਹਾਰਾਜ ਕਹਿੰਦੇ ਉਹਨਾਂ 'ਤੇ ਧਰਮ ਰਾਏ ਦਾ ਡੰਡਾ ਹੈ, ਧਰਮ ਰਾਜੇ ਦਾ ਡੰਨ ਉਹਨਾਂ ਨੂੰ ਜ਼ਰੂਰ ਲੱਗੇਗਾ ਇਸ ਤਰ੍ਹਾਂ ਕਰਨ ਵਾਲਿਆਂ ਨੂੰ। ਨਰਕ ਸਜਾਈ ਲਹਿ ਪ੍ਰਚੰਡ, ਨਰਕਾਂ ਦੀ ਸਜ਼ਾ ਬੜੀ ਲੈਣਗੇ। ਔਰ ਪ੍ਰਚੰਡ ਦਾ ਹੁੰਦਾ ਅਰਥ ਹੁੰਦਾ ਤਿੱਖੀ, ਭਿਆਨਕ, ਭਿਆਨਕ ਸਜ਼ਾ ਨਰਕਾਂ ਦੀ ਉਹਨਾਂ ਨੂੰ ਲੈਣੀ ਪੈਂਦੀ ਹੈ, ਕਿਉਂਕਿ ਜੋ ਉਹਨਾਂ ਨੇ ਕਰ ਲਿਆ ਇੱਥੇ ਉਹਦਾ ਫਲ ਖਾ ਲਿਆ ਨਾ, ਭੋਗ ਲਿਆ, ਪਿੱਛੇ ਲਈ ਤਾਂ ਕੁਝ ਨਹੀਂ ਨਾ ਛੱਡਿਆ। ਨਾਨਕ ਅੱਗੇ ਸੋ ਮਿਲੈ ਜੇ ਖੱਟੇ ਘਾਲੇ ਦੇ, ਮਹਾਰਾਜ ਕਹਿੰਦੇ ਅੱਗੇ ਉਹ ਮਿਲੂਗਾ ਜਿਹੜੀ ਖੱਟੀ ਖੱਟੀ ਸੇਵਾ ਕਰਕੇ, ਘਾਲਣਾ ਕੀਤੀ ਨਾਮ ਭਗਤੀ ਦੀ ਨਿਸਕਾਮ ਹੋ ਕੇ, ਉਹਦਾ ਤਾਂ ਫਲ ਮਿਲੂਗਾ, ਨਹੀਂ ਤਾਂ ਭਾਈ ਕਰਮ ਧਰਮ ਪਖੰਡ ਜੋ ਦੀਸੈ ਤਿੰਨ ਜਮ ਜਾ ਗਾਤੀ ਲੁੱਟੈ। ਜਿਹੜੇ ਇਹ ਪਖੰਡ ਕਰਦੇ ਆ ਕਰਮ ਧਰਮ ਦੇ, ਧਰਮ ਦੇ ਵਿੱਚ ਕਰਮ ਕਰਦੇ ਆ ਵੀ ਆਹ ਇੱਛਾ ਪੂਰੀ ਹੋ ਜੇ, ਮਨ ਵਿੱਚ ਕਾਮਨਾ ਕਰਕੇ ਦਾਨ ਪੁੰਨ ਪੇ ਪੂਜਾ ਪਾਠ ਕਰਦੇ ਆ, ਉਹ ਤਾਂ ਧਰਮ ਰਾਜੇ ਦੇ ਜਿਹੜੇ ਸਾਧ ਸੰਗਤ ਜੀ ਜਮ ਹੈ ਨਾ, ਉਹ ਰਸਤੇ ਵਿੱਚ ਹੀ ਲੁੱਟ ਲੈਂਦੇ ਆ। ਧਾਰਮਿਕ ਗ੍ਰੰਥਾਂ ਵਿੱਚ ਆਉਂਦਾ ਕਹਿੰਦੇ ਜਦੋਂ ਪ੍ਰਾਣੀ ਨੂੰ ਜਮ ਲੈ ਕੇ ਜਾਂਦੇ ਆ ਨਾ ਪ੍ਰਲੋਕ ਨੂੰ, ਤਾਂ ਕਹਿੰਦੇ ਫਿਰ ਇਹਨੂੰ ਪਿਆਸ ਬੜੀ ਲੱਗਦੀ ਹੈ। ਸਕਾਮੀਆਂ ਦੀ ਹਾਲਤ ਦੱਸਦੇ ਆ, ਉਹ ਕਹਿੰਦਾ ਵੀ ਮੇਰੀ ਆਤਮਾ ਬੜੀ ਪਿਆਸ ਨਾਲ ਤੜਪ ਰਹੀ ਹੈ, ਪਾਣੀ ਦਿਓ। ਕਹਿੰਦੇ ਪਾਣੀ ਦਿਆਂਗੇ, ਫਲਾਨੀ ਥਾਂ 'ਤੇ ਤੂੰ ਇੰਨੇ ਬੰਦਿਆਂ ਨੂੰ ਪਾਣੀ ਪਿਆਇਆ ਸੀ, ਉਹਦਾ ਫਲ ਸਾਨੂੰ ਦੇ ਦੇ।
ਸਾਨੂੰ ਸ਼ਾਂਤੀ ਆਏਗੀ, ਅਸੀਂ ਅੱਠੇ ਪੈਰ ਸੜਦੇ ਰਹਿੰਦੇ ਹਾਂ ਕਿਉਂਕਿ ਅਸੀਂ ਜਮ ਹਾਂ। ਜੀਵਾਂ ਦੇ ਕਰਮਾਂ ਦਾ ਫਲ ਦੇਣ ਵਾਲੇ, ਸਾਨੂੰ ਵੀ ਕੁਝ ਫਲ ਮਿਲੇ, ਸਾਡਾ ਵੀ ਭਲਾ ਹੋਵੇ। ਉਹ ਕਹਿੰਦੇ ਜਿਹੜਾ ਇੰਨਾ ਪਾਣੀ ਪਿਆਇਆ ਸੀ ਕਿਸੇ ਨੂੰ, ਉਹਦਾ ਪੁੰਨ ਸਾਨੂੰ ਅਰਪਿਤ ਕਰਦੇ, ਸਾਨੂੰ ਦੇ ਦੇ। ਉਹ ਸਕਾਮੀ ਦੁਖੀ ਹੋਇਆ, ਕਹਿੰਦਾ ਚੰਗਾ ਤੁਹਾਨੂੰ ਦਿੱਤਾ, ਕਹਿੰਦੇ ਲੈ ਪੀ ਲੈ ਪਾਣੀ, ਪਾਣੀ ਪਿਆ ਦਿੰਦੇ ਹੈ। ਫਿਰ ਕਹਿੰਦੇ ਵੀ ਧੁੱਪ ਬੜੀ ਲੱਗ ਰਹੀ ਹੈ, ਜਹਾਂ ਤ੍ਰਿਖਾ ਮਨ ਤੋਂ ਜਾ ਕਰਕੇ। ਸੁਖਮਨੀ ਸਾਹਿਬ ਦੀ ਦੂਜੀ ਅਸ਼ਟਪਦੀ ਵਿੱਚ ਸਾਰਾ ਪ੍ਰਲੋਕ ਦਾ ਮਾਰਗ ਹੀ ਦੱਸਿਆ। ਇਹ ਪਾਪੀਆਂ ਪੁੰਨੀਆਂ ਲਈ ਹੈ, ਗੁਰਸਿੱਖਾਂ ਲਈ ਨਹੀਂ, ਗੁਰਮੁਖਾਂ ਲਈ ਨਹੀਂ, ਨਿਸਕਾਮੀਆਂ ਲਈ ਨਹੀਂ ਸਾਧ ਸੰਗਤ ਜੀ, ਪਰ ਉਹਨਾਂ ਲਈ ਜ਼ਰੂਰ ਹੈ ਜਿਹ ਮਾਤ ਪਿਤਾ ਸੁਤਮੀਦ ਨ ਭਾਈ, ਮਾਨੁਹਾਂ ਨਾਮ ਤੇਰਾ ਸੰਗ ਸਹਾਈ, ਜਹ ਮਹਾਂ ਭਿਆਨ ਤਪਤ ਬਹੁ ਕਾਮ, ਤੈ ਹਰ ਕੇ ਨਾਮ ਕੀ ਤੁਮ ਉੱਪਰ ਛਾਮ। ਕਹਿੰਦਾ ਛਤਰੀ ਦਿਓ, ਛਾਵੇਂ ਬਿਠਾਓ। ਕਹਿੰਦੇ ਚੰਗਾ ਤੂੰ ਫਲਾਨੇ ਸਮੇਂ ਵਰਖਾ ਅਤੇ ਧੁੱਪ ਤੋਂ ਬਚਣ ਲਈ 100 ਛਤਰੀ ਥਾਨ ਕੀਤੀ ਸੀ, ਅਤੇ ਉਹਦਾ ਫਲ ਸਾਨੂੰ ਦੇ ਦੇ, ਤੈਨੂੰ ਛਾਵੇਂ ਬਿਠਾ ਦਿੰਦੇ ਹਾਂ। ਇਉਂ ਰਸਤੇ ਵਿੱਚ ਹੀ ਕੀਤੇ ਪੁੰਨ ਦਾਨ ਦੇ ਫਲ ਉਹ ਲੁੱਟ ਲੈਂਦੇ ਆ, ਲੈ ਜਾਂਦੇ ਆ, ਅਤੇ ਬੰਦੇ ਦੇ ਪੱਲੇ ਕੀ ਬਚਦਾ? ਕੱਖ ਵੀ ਨਹੀਂ। ਜਿਹੜੇ ਪਾਪ ਕੀਤੇ ਫਿਰ ਉਹਦਾ ਫਲ ਜਾ ਕੇ ਨਰਕਾਂ ਵਿੱਚ ਭੋਗਣਾ ਪੈਂਦਾ, ਸਜ਼ਾ ਭਿਆਨਕ ਤੋਂ ਭਿਆਨਕ। ਇਉਂ ਭਾਈ ਕੋਈ ਸ਼ੁਭ ਕਰਮ ਕਰੋ ਨਾ, ਨਿਸ਼ਕਾਮਤਾ ਵੀ ਰੱਖੋ ਮਨ ਵਿੱਚ, ਪਰਮੇਸ਼ਰ ਅਤੇ ਉਹਦਾ ਫਲ ਛੱਡ ਦਿਓ। ਨਿਸ਼ਕਾਮਤਾ ਦੀ ਸੇਵਾ ਕੀਤੀ, ਦਾਨ ਪੁੰਨ ਕੀਤਾ, ਪਰਮੇਸ਼ਰ ਆਪੇ ਸਮੇਂ ਅਨੁਸਾਰ ਉਹਦਾ ਫਲ ਆਪਣੀ ਕਿਰਪਾ ਨਾਲ ਬਖਸ਼ਦਾ ਹੈ। ਕਾਹੂ ਫਲ ਕੀ ਇੱਛਾ ਨਹੀਂ ਬਚੈ, ਕੇਵਲ ਭਗਤ ਕੀਰਤਨ ਸੰਗ ਰਾਚੈ। ਪਰਮੇਸ਼ਰ ਤਾਂ ਐਡਾ ਦਿਆਲੂ ਹੈ ਸੰਗਤ ਜੀ, ਪਤਤ ਪਾਵਨ ਹਰ ਬਿਰਧ ਸਦਾਇਕ, ਤਿਲ ਨਹੀਂ ਭੰਨੈ ਘਾਲੇ। ਤਿਲ ਜਿੰਨੀ ਵੀ ਚੰਗੀ ਘਾਲਣਾ ਘਾਲ ਲਈ ਨਾ ਜੀਵਨ ਵਿੱਚ ਕਿਸੇ ਨੇ, ਉਸ ਦੀ ਵੀ ਅਜਾਈ ਨਹੀਂ ਜਾਣ ਦਿੰਦਾ, ਉਹਦਾ ਵੀ ਫਲ ਦਿੰਦਾ ਹੀ ਦਿੰਦਾ। ਕਿਉਂ? ਉਹਨੂੰ ਫਲ ਪ੍ਰਦਾਤਾ ਕਿਹਾ, ਚੰਗੇ ਮਾੜੇ ਕਰਮਾਂ ਦਾ ਫਲ ਦਿੰਦਾ ਵਾਹਿਗੁਰੂ ਪਰਮੇਸ਼ਰ ਪਰਮਾਤਮਾ। ਇਸ ਕਰਕੇ ਕਹਿੰਦੇ ਉਹ ਤਾਂ ਰਸਤੇ ਵਿੱਚ ਹੀ ਜਾਮਾਂ ਦੇ ਧਰਮ ਰਾਜੇ ਦੇ ਜਾਮੀ ਡੰਨ ਦੇ ਕੇ ਸਾਰਾ ਲੈ ਲੈਂਦੇ ਆ, ਲੇਖਾ ਪੂਰਾ ਕਰ ਲੈਂਦੇ ਆ। ਨਰਕ ਸਜਾਈ ਲਹਿ ਪ੍ਰਚੰਡ, ਪੁੰਨ ਪਾਪ ਬਲ ਭੋਗਾ ਨਿਆਰੇ। ਉਹ ਪੁੰਨਾਂ ਦਾ ਫਲ ਸੁਖ, ਪਾਪਾਂ ਦਾ ਫਲ ਦੁੱਖ, ਵੱਖਰਾ ਵੱਖਰਾ ਉਹਨਾਂ ਨੂੰ ਭੋਗਣਾ ਹੀ ਪੈਂਦਾ। ਕਹਿੰਦੇ ਸਕਾਮੀਆਂ ਨੂੰ ਜੇ ਪਾਪ ਕੀਤੇ ਹੈ ਤਾਂ ਪਾਪਾਂ ਦਾ ਵੀ ਫਲ ਭੋਗਣਾ ਪਵੇਗਾ, ਜੇ ਚੰਗੇ ਕਰਮ ਕੀਤੇ ਉਹਦਾ ਫਲ ਵੀ ਭੋਗਣਾ ਹੀ ਪਵੇਗਾ, ਨਿਆਰਾ ਵੱਖਰਾ ਵੱਖਰਾ। ਕਬ ਸੁਖ ਕਬ ਦੁੱਖ ਲਹਿ ਵਿਚਾਰੇ। ਉਹ ਕਹਿੰਦੇ ਵਿਚਾਰੇ ਜੀਵ ਕਦੇ ਦੁੱਖ ਮਿਲਦਾ ਉਹਨਾਂ ਨੂੰ, ਪਾਪ ਦਾ ਫਲ ਸੰਗਤ ਜੀ ਦੁੱਖ ਹੈ, ਉਹ ਦੁੱਖ ਭੋਗਦੇ ਆ ਕਦੇ ਤਾਂ, ਕਦੇ ਉਹਨਾਂ ਨੂੰ ਸੁੱਖ ਮਿਲਦਾ ਹੈ, ਸੁੱਖ ਭੋਗਦੇ ਹਨ, ਸੁੱਖ ਦੁੱਖ ਦੇ ਚੱਕਰ ਵਿੱਚ ਹੀ ਪਏ ਰਹਿੰਦੇ ਆ ਵਾਰੋ ਵਾਰੀ। ਇੱਕ ਨਿਸ਼ਕਾਮ ਕਰਮ ਸ਼ੁਭ ਕਰੈ। ਇਹ ਤਾਂ ਸਕਾਮੀਆਂ ਦੀ ਗਤੀ ਦੱਸੀ ਹੈ, ਹੁਣ ਦੂਸਰਾ ਹਜ਼ੂਰ ਦੱਸਦੇ ਜਿਹੜੇ ਨਿਸ਼ਕਾਮ ਹੈ ਤੇ ਸ਼ੁਭ ਪਵਿੱਤਰ ਧਰਮ ਦੇ ਸ੍ਰੇਸ਼ਟ ਕਰਮ ਕਰਦੇ, ਕੋਈ ਇੱਛਾ ਨਹੀਂ ਕਰਦੇ। ਧਰਮ ਕਰਤ ਪ੍ਰਸੰਨਤਾ ਧਰੈ। ਧਰਮ ਦੇ ਕਰਮ ਕਰਦੇ ਆ, ਧਰਮ ਕਮਾਉਂਦੇ ਆ, ਮਨ ਵਿੱਚ ਪ੍ਰਸੰਨਤਾ ਧਾਰਨ ਕਰਦੇ ਆ ਕਿ ਵਾਹਿਗੁਰੂ ਮਨੁੱਖਾ ਜੀਵਨ ਮਿਲਿਆ। ਜਿੰਨੇ ਧਰਮ ਦੇ ਕਰਮ ਹੋ ਜਾਣ ਚੰਗੇ ਹੀ ਚੰਗੇ ਹੈ, ਜਿੰਨਾ ਧਰਮ ਕਮਾਇਆ ਜਾਏ ਉਨਾ ਹੀ ਚੰਗਾ ਚੰਗਾ। ਮਨੁੱਖਾ ਜੀਵਨ ਸਾਧ ਸੰਗਤ ਦੀ ਐਸੀ ਅਮੋਲਕ ਦਾਤ ਵਾਹਿਗੁਰੂ ਨੇ ਦਿੱਤੀ ਹੈ ਮਾਤ ਲੋਕ ਦੇ ਉੱਤੇ, ਇਸੇ ਜਨਮ ਵਿੱਚ ਆਪਾਂ
ਧਰਮ ਦੇ ਕਰਮ ਕਰ ਸਕਦੇ ਹਾਂ ਔਰ ਜੰਮਣ ਮਰਨ ਦੇ ਬੰਧਨਾਂ ਤੋਂ ਬਚ ਸਕਦੇ ਹਾਂ, 84 ਦੇ ਦੁੱਖਾਂ ਤੋਂ ਬਚ ਸਕਦੇ ਹਾਂ। ਹੋਰ ਕੋਈ ਅਵਸਰ ਨਹੀਂ ਸਾਡੇ ਲਈ, ਹੋਰ ਕੋਈ ਤਰੀਕਾ ਨਹੀਂ ਹੈ ਬਚਣ ਵਾਲਾ। ਇਹ ਬੜੀ ਬੇਕੀਮਤੀ ਦਾਤ ਵਾਹਿਗੁਰੂ ਨੇ ਮਨੁੱਖਾ ਜੀਵਨ ਦਿੱਤਾ, ਸਭ ਕੁਛ ਗੋਬਿੰਦ ਦੀਆ ਜੋ ਦੀਨੀ ਮਾਨੁਖ ਦੇਹੇ, ਸਾਧ ਸੰਗ ਹਰ ਭਜਨ ਕਰ ਜਨਮ ਸਫਲ ਕਰ ਲਏ। ਪਰਮੇਸ਼ਰ ਨੇ ਤੈਥੋਂ ਇਹ ਬੰਦੇ ਕੁਝ ਲੁਕਾ ਕੇ ਨਹੀਂ ਰੱਖਿਆ, ਇਹ ਮਨੁੱਖਾ ਦੇਹੀ ਦੇ ਦਿੱਤੀ, ਸਭ ਕੁੰਡ ਤੈਨੂੰ ਬਖਸ਼ ਦਿੱਤਾ। ਸਾਧ ਸੰਗਤ ਕਰਿਆ ਕਰ, ਵਾਹਿਗੁਰੂ ਦੇ ਨਾਮ ਦਾ ਭਜਨ ਕਰਿਆ ਕਰ, ਅਤੇ ਮਨੁੱਖਾ ਜਨਮ ਤੂੰ ਆਪਣਾ ਸਫਲ ਕਰ ਲੈ। ਇਸ ਮਨੁੱਖਾ ਜੀਵਨ ਦਾ ਅਸਲੀ ਮਕਸਦ ਇਹੋ ਹੀ ਹੈ। ਪਾਪ ਅਚਾਨਕ ਜੇ ਹੋ ਜਾਏ, ਅਚਾਨਕ ਜੇ ਉਹਨਾਂ ਤੋਂ ਕਿਤੇ ਗੁਰਮੁਖਾਂ ਤੋਂ ਪਾਪ ਗੁਨਾਹ ਹੋ ਜਾਂਦਾ ਹੈ, ਤਿੰਨ ਕੋ ਲੇਖਾ ਕਰ ਇੱਕ ਥਾਏ, ਉਹਨਾਂ ਦਾ ਲੇਖਾ ਇੱਕ ਥਾਂ ਤੇ ਪਰਮਾਤਮਾ ਰੱਖ ਕੇ, ਅੱਗ ਵਿਆੜ ਕਰ ਪੁੰਨ ਜੋ ਸ਼ੇਖ, ਪਾਪਾਂ ਨੂੰ ਪਾਸੇ ਕਰ ਲੈਂਦਾ ਤੇ ਪਿੱਛੇ ਜਿਹੜੇ ਪੁੰਨ ਬਚ ਜਾਂਦੇ ਐ, ਤਿੰਨ ਕੋ ਭੋਗਤ ਆਨੰਦ ਵਿਸ਼ੇਸ਼, ਉਹਨਾਂ ਦਾ ਹਿਸਾਬ ਹੋ ਜਾਂਦਾ ਉਹਨਾਂ ਦੇ ਪੁੰਨਾਂ ਦੇ ਬਰਾਬਰ ਪਾਪਾਂ ਦਾ। ਸਮਝ ਗਏ ਨਾ ਵੀ ਜਿਹੜੇ ਨਿਸਕਾਮੀ ਹੈ ਉਹਨਾਂ ਦੇ ਚੰਗੇ ਪੁੰਨ ਕਰਮ ਵੀ ਪਾਪ ਵੀ। ਜੇ ਪਹਿਲੀ ਗੱਲ ਤਾਂ ਪਾਪ ਕਰਦੇ ਨਹੀਂ, ਪਾਪਾਂ ਤੋਂ ਡਰਦੇ ਹੈ, ਪਾਪਾਂ ਦੇ ਮਾਰਗ ਉੱਤੇ ਕਦੇ ਕਦਮ ਰੱਖਦੇ ਨਹੀਂ। ਅਚਾਨਕ ਜੇ ਕੋਈ ਉਹਨਾਂ ਤੋਂ ਗੁਨਾਹ ਹੋ ਵੀ ਜਾਵੇ ਤਾਂ ਪਰਮੇਸ਼ਰ ਜਿਹੜੇ ਉਹਨਾਂ ਨੇ ਪੁੰਨ ਨੇਕ ਚੰਗੇ ਧਰਮ ਦੇ ਕਰਮ ਕੀਤੇ ਹੈ ਨਾ, ਉਹਨਾਂ ਦੇ ਬਦਲੇ ਵਾਹਿਗੁਰੂ ਪਰਮੇਸ਼ਰ ਉਹਨਾਂ ਦੇ ਪਾਪਾਂ ਦਾ ਹਿਸਾਬ ਪੂਰਾ ਕਰ ਦਿੰਦਾ। ਔਰ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਨਾਲ ਜਿਹੜੇ ਬਚੇ ਹੁੰਦੇ ਹੈ ਸ਼ੁਭ ਕਰਮ ਕੀਤੇ ਹੋਏ, ਉਹਨਾਂ ਨੂੰ ਇੱਕ ਥਾਂ ਕਰਕੇ ਫਿਰ ਵਾਹਿਗੁਰੂ ਉਹਨਾਂ ਨੂੰ ਆਨੰਦ ਬਖਸ਼ ਦਿੰਦਾ ਹੈ, ਵਿਸ਼ੇਸ਼ ਰੂਪ ਵਿੱਚ ਸੁੱਖ। ਜੇ ਅੱਗ ਅਧਿਕ ਹੋਏ ਤਿਸ ਕੇਰੇ, ਜੇ ਐਸੇ ਜੀਵ ਤੋਂ ਕੋਈ ਪਾਪ ਜ਼ਿਆਦੇ ਹੋਏ ਹੋਣ, ਪੁੰਨ ਕਰਮ ਜੀਵਨ ਵਿੱਚ ਘੱਟ ਕੀਤਾ ਹੋਇਆ ਹੋਵੇ, ਪੁੰਨ ਵਿਆੜ ਅੱਗ ਤੇ ਦੁੱਖ ਹੇਰੇ, ਫਿਰ ਪੁੰਨਾਂ ਨਾਲੋਂ ਅੱਗ ਜਿਹੜੇ ਹੈ ਪਾਪ ਜੇ ਵੱਧ ਗਏ ਤਾਂ ਫਿਰ ਵਾਹਿਗੁਰੂ ਪਰਮੇਸ਼ਰ ਕੀ ਕਰਦਾ ਕਿ ਉਹਨਾਂ ਦੇ ਪੁੰਨ ਪੂਰੇ ਕਰਕੇ ਜਿਹੜੇ ਪਾਪ ਬਚੇ ਹੁੰਦੇ ਆ ਉਹਦਾ ਹਿਸਾਬ ਉਹਨਾਂ ਨੂੰ ਪੂਰਾ ਕਰਾਉਣ ਵਾਸਤੇ ਦੁੱਖ ਦੇ ਦਿੰਦਾ ਕਿ ਬਈ ਆਹ ਤੁਹਾਡੇ ਕੋਲੋਂ ਗੁਨਾਹ ਹੋਇਆ ਸੀ, ਇੰਨਾ ਕੁ ਤੁਹਾਨੂੰ ਭੋਗਣਾ ਹੀ ਪੈਣਾ। ਇਉਂ ਲੇਖਾ ਪੂਰਾ ਕਰਾ ਦਿੰਦਾ ਵਾਹਿਗੁਰੂ ਪਰਮੇਸ਼ਰ ਉਹਨਾਂ ਦੁਆਰਾ। ਦਿਨ ਕੇ ਪੁੰਨ ਹੋਏ ਬਲਵਾਨ, ਜੇ ਉਹਨਾਂ ਦੇ ਪੁੰਨ ਬਹੁਤੇ ਹੋਣ, ਪੁੰਨ ਵੀ ਐਸੇ ਹੁੰਦੇ ਆ ਕਹਿ ਨਹੀਂ ਦਿੰਦੇ ਵੀ ਫਲਾਣੇ ਬੰਦੇ ਦਾ ਪੁੰਨ ਸੀ, ਚੰਗਾ ਕਰਮ ਸੀ ਜਿਹਦੇ ਕਰਕੇ ਉਹ ਬਚ ਗਿਆ, ਕਿਰਪਾ ਹੋ ਗਈ। ਇਸ ਕਰਕੇ ਜੇ ਕੋਈ ਐਸਾ ਚੰਗਾ ਬਹੁਤਾ ਹੀ ਧਰਮ ਦਾ ਕਰਮ ਬਲ ਵਾਲਾ ਕੀਤਾ ਹੋਇਆ ਹੋਵੇ, ਉਹਨਾਂ ਦਾ ਕੋਈ ਪੁੰਨ ਵਾਲਾ ਬਲੀ ਹੈ, ਬਲ ਪੂਰਵਕ ਹੈ, ਪਾਪ ਨਿਬਲ ਹੋਏ ਅਸ ਨਰ ਜਾਨ, ਉਹਨਾਂ ਦੇ ਵੱਡੇ ਵੱਡੇ ਪਾਪ ਵੀ ਉਹਨਾਂ ਅੱਗੇ ਨਿਰਬਲ ਹੋ ਜਾਂਦੇ ਆ, ਛੋਟੇ ਪੈ ਜਾਂਦੇ ਆ। ਕਿਉਂ? ਵਾਹਿਗੁਰੂ ਪਰਮੇਸ਼ਰ ਉਹਨਾਂ ਨੂੰ ਫਿਰ ਕਿਰਪਾ ਦਾ ਹੱਥ ਦੇ ਕੇ ਉਹਨਾਂ ਦੀ ਰੱਖਿਆ ਅਤੇ ਸਹਾਇਤਾ ਕਰਦਾ ਹੈ। ਤ੍ਰਿਤੀਏ ਅਹੈ ਉਪਾਸ਼ਕ ਜੋਏ, ਇਹ ਤਾਂ ਸਕਾਮੀਆਂ ਤੇ ਨਿਸਕਾਮੀਆਂ ਦਾ ਪੱਖ ਦੱਸਿਆ, ਹੁਣ ਤੀਜੇ ਆ ਜਿਹੜੇ ਉਪਾਸ਼ਕ ਹੈ ਭਗਤੀ ਕਰਨ ਵਾਲੇ। ਭਗਤ ਪਰਾਇਣ ਮਨ ਹੋਏ ਸੋਏ, ਮਨ ਕਰਕੇ ਵਾਹਿਗੁਰੂ ਦੀ ਭਗਤੀ ਵਿੱਚ ਲੱਗੇ ਹੈ, ਭਗਤੀ ਦੇ ਪਰਾਇਣ ਆਪਣਾ ਜੀਵਨ ਸਮਰਪਿਤ ਕੀਤਾ ਹੋਇਆ। ਪਰਾਇਣ ਦਾ ਅਰਥ ਹੁੰਦਾ ਸਮਰਪਿਤ ਕਰ ਦੇਣਾ।
ਇਉਂ ਭਗਤੀ ਨੂੰ ਜੀਵਨ ਸਮਰਪਿਤ ਕਰ ਦਿੱਤਾ ਜਿਨ੍ਹਾਂ ਨੇ। ਪਾਪ ਨਹੀਂ ਠਾਣੈ ਸੋ ਜਾਣ, ਉਹ ਇਹ ਜਾਣ ਕੇ ਕਿ ਪਾਪ ਨਹੀਂ ਕਦੇ ਜ਼ਿੰਦਗੀ ਵਿੱਚ ਕਰਨਾ, ਪਾਪ ਕਰਨਾ ਬੁਰਾ ਹੈ, ਇਸ ਲਈ ਉਹ ਕਦੇ ਪਾਪ ਨਹੀਂ ਕਰਦੇ ਹਨ, ਭਗਤੀ ਦੇ ਵਿੱਚ ਹੀ ਜੁੜੇ ਰਹਿੰਦੇ ਹੈ। ਜੇ ਕਦਾਚਿਤ ਅੱਗ ਅਣਜਾਣ, ਅਣਜਾਣ ਪੁਣੇ ਵਿੱਚ ਜੇ ਕਿਤੇ ਕਰਕੇ ਉਹਨਾਂ ਦੇ ਕੋਲੋਂ ਕੋਈ ਗੁਨਾਹ ਹੋ ਜਾਵੇ। ਰੁਚ ਕਰ ਧਰਮ ਕਰੇ ਹਰ ਖਾਏ, ਉਹ ਫਿਰ ਰੁਚੀ ਕਰਕੇ ਕਿ ਮਹਾਰਾਜ ਇਹ ਪਾਪ ਮੈਥੋਂ ਹੋਣਾ ਨਹੀਂ ਚਾਹੀਦਾ ਸੀ, ਅਚਾਨਕ ਹੋ ਗਿਆ, ਫਿਰ ਉਹ ਬਹੁਤ ਜ਼ਿਆਦਾ ਧਰਮ ਦੀ ਸਾਧਨਾ ਕਰਦੇ ਆ, ਹੋਰ ਭਗਤੀ ਕਰਦੇ ਆ ਉਸ ਦੇ ਵੱਟੇ ਵਿੱਚ, ਵਿਜਾਨੇ ਵਿੱਚ ਸੇਵਾ ਬਹੁਤੀ ਕਰਦੇ। ਜਿਵੇਂ ਪੰਜ ਪਿਆਰੇ ਕਹਿੰਦੇ ਨੇ ਵੀ ਤੇਰੇ ਕੋਲੋਂ ਆ ਗਲਤੀ ਬੱਜਰ ਹੋਈ ਹੈ, ਤੂੰ ਇੰਨੀ ਬਾਣੀ ਪੜ੍ਹ ਲੈ, ਇੰਨੇ ਦਿਨ ਜੋੜੇ ਝਾੜ ਲੈ, ਬਰਤਨ ਮਾਂਜ ਲੈ, ਫਿਰ ਅਰਦਾਸ ਕਰਕੇ ਮਹਾਰਾਜ ਅੱਗੇ ਬਖਸ਼ਾ ਲਈ, ਤੂੰ ਬਖਸ਼ਿਆ ਜਾਵੇਂਗਾ। ਇਉਂ ਬਈ ਫਿਰ ਉਹ ਗੁਰਮੁਖ ਬਹੁਤਾ ਧਰਮ ਨੂੰ ਕਮਾਉਂਦੇ ਆ ਰੁਚੀ ਕਰਕੇ ਕਿ ਗੁਨਾਹ ਸਾਡਾ ਇੱਥੇ ਹੀ ਮਿਟ ਜਾਵੇ। ਅੱਗ ਕੋ ਵਿਆੜ ਸਦਾ ਸੁਖ ਪਾਏ, ਫਿਰ ਉਹ ਅੱਗ ਜਿਹੜਾ ਪਾਪ ਕੀਤਾ ਹੁੰਦਾ ਉਸ ਦੇ ਇਵਜ ਵਿੱਚ ਉਹ ਫਲ ਕੱਟਿਆ ਜਾਂਦਾ ਪਾਪ ਦਾ, ਉਹ ਸਦਾ ਹੀ ਸੁੱਖ ਪਾਉਂਦੇ ਆ ਪਰਮੇਸ਼ਰ ਦੀ ਕਿਰਪਾ ਨਾਲ, ਉਹਨਾਂ ਨੂੰ ਪਾਪ ਦਾ ਫਲ ਨਹੀਂ ਭੋਗਣਾ ਪੈਂਦਾ, ਵਾਹਿਗੁਰੂ ਉਹਨਾਂ ਦਾ ਲੇਖਾ ਇਸ ਤਰ੍ਹਾਂ ਪੂਰਾ ਕਰ ਦਿੰਦਾ ਹੈ। ਰਹਿ ਨਿਕਟ ਵਰਤੀ ਪ੍ਰਭ ਕੇਰੇ, ਵਾਹਿਗੁਰੂ ਦੇ ਜਿਵੇਂ ਉਹ ਸੁਗਾਤੀਏ ਰਾਜੇ ਦੇ ਨੇੜੇ ਰਹਿੰਦੇ ਆ ਨਾ, ਇਸ ਤਰ੍ਹਾਂ ਵਾਹਿਗੁਰੂ ਦੇ ਨਿਕਟ ਵਰਤੀ ਹੋ ਕੇ ਉਹਦੇ ਚਰਨਾਂ ਵਿੱਚ ਜੁੜੇ ਰਹਿੰਦੇ ਹਨ। ਜਨਮ ਮਰਨ ਕੇ ਪਰ ਹਰ ਫੇਰੇ, ਉਹਨਾਂ ਦੇ ਜੰਮਣ ਮਰਨ ਦੇ ਜਿਹੜੇ ਫੇਰੇ ਆ ਨਾ, ਚੱਕਰ ਹੈ, ਉਹ ਮੁੱਕ ਗਏ, ਦੂਰ ਹੋ ਗਏ ਹਨ। ਪਰਾ ਲਬਦ ਬਸ ਤੇ ਜੇ ਜਨਮ, ਜੇ ਉਹਨਾਂ ਦੀ ਪਰਾ ਲਬਦ ਵਿੱਚ ਲਿਖਿਆ ਵੀ ਦੁਬਾਰਾ ਉਹਨਾਂ ਨੇ ਜਨਮ ਲੈਣਾ ਮਾਤ ਲੋਕ ਤੇ ਆ ਕੇ, ਜੇ ਪਰਾਲਬਧ ਦੇ ਵਸ ਉਹਨਾਂ ਨੂੰ ਕਿਤੇ ਜਨਮ ਲੈਣਾ ਪਵੇ। ਭਗਤ ਕਰਤ ਗਿਆਨੀ ਹੋਏ ਮਨ ਮੈਂ, ਅਗਲੇ ਜਨਮ ਵਿੱਚ ਭਗਤੀ ਕਰਦਿਆਂ ਕਰਦਿਆਂ ਉਹਨਾਂ ਨੂੰ ਵਾਹਿਗੁਰੂ ਦਾ ਬ੍ਰਹਮ ਗਿਆਨ ਪ੍ਰਾਪਤ ਹੋ ਜਾਂਦਾ ਹੈ। ਜਨਮ ਮਰਨ ਕੇ ਬੰਧਨ ਹਨ, ਕਿਉਂਕਿ ਮੁਕਤ ਤਾਂ ਬ੍ਰਹਮ ਗਿਆਨੀ ਹੈ, ਉਹਨਾਂ ਦੇ ਜੰਮਣ ਮਰਨ ਦੇ ਬੰਧਨ ਫਿਰ ਕੱਟੇ ਜਾਂਦੇ, ਅਗਲੇ ਜਨਮ ਵਿੱਚ ਮਹਾਰਾਜ ਉਹਨਾਂ ਨੂੰ ਗਿਆਨ ਕਰਾ ਦਿੰਦੇ ਆਪਣੇ ਸਰੂਪ ਦਾ। ਪਦ ਨਿਰਵਾਣ ਮਿਲੇ ਤਤ ਜਨ, ਨਿਰਵਾਣ ਪਦਵੀ ਬ੍ਰਹਮ ਗਿਆਨੀਆਂ ਵਾਲੀ ਪਦਵੀ ਉਹਨਾਂ ਨੂੰ ਮਿਲ ਪੈਂਦੀ ਹੈ, ਤਤ ਸਰੂਪ ਵਾਹਿਗੁਰੂ ਨੂੰ ਮਿਲ ਪੈਂਦੇ ਹਨ, ਜਾਣ ਲੈਂਦੇ, ਉਹਦੀ ਪ੍ਰਾਪਤੀ ਕਰਦੇ ਹੈ। ਇੱਕ ਸਹਿਕਾਮੀ ਭਗਤ ਜੇ ਹੋਏ, ਇੱਕ ਜਿਹੜੇ ਕਾਮਨਾ ਦੇ ਸਹਿਤ ਭਗਤੀ ਕਰਦੇ ਹੈ, ਤਨ ਤਜ ਸੁਰਗ ਭੋਗ ਕਰ ਸੋਏ, ਉਹ ਤਨ ਸਰੀਰ ਨੂੰ ਤਿਆਗ ਕੇ ਹੁਣ ਅੱਗੇ ਦੱਸ ਰਹੇ ਹੈ ਕਿ ਭਾਈ ਫਿਰ ਦੁਬਾਰਾ ਸ਼ੁਰੂ ਕਰ ਦਿੱਤਾ ਮਹਾਰਾਜ ਜੀ ਨੇ ਭਗਤੀ ਕਰਨ ਵਾਲਿਆਂ ਦਾ ਤੇ ਕਾਮਨਾ ਵਾਲਿਆਂ ਦਾ ਜ਼ਿਕਰ। ਜੇ ਭਗਤੀ ਕਾਮਨਾ ਦੇ ਸਹਿਤ ਕੀਤੀ ਆ, ਉਹ ਪਿੱਛੇ ਆਇਆ ਦਾਨ ਪੁੰਨ ਦਾ ਜ਼ਿਕਰ ਵੀ ਕਾਮਨਾ ਦੇ ਸਹਿਤ ਦਾਨ ਪੁੰਨ ਕਰ ਲਿਆ, ਹੁਣ ਭਗਤੀ ਹੈ, ਨਿਸਕਾਮੀਆਂ ਨੇ ਭਗਤੀ ਕੀਤੀ, ਵਾਹਿਗੁਰੂ ਨੂੰ ਮਿਲ ਪਏ। ਜੇ ਕੋਈ ਲੇਖਾ ਰਹਿ ਗਿਆ ਦੁਬਾਰਾ ਜਨਮ ਲੈਣਗੇ, ਫਿਰ ਭਗਤੀ ਕਰਕੇ ਬ੍ਰਹਮ ਗਿਆਨ ਦੇ ਸੰਯੁਕਤ ਹੋ ਕੇ ਮੁਕਤ ਹੋ ਜਾਣਗੇ। ਇੱਕ ਜਿਹਨਾਂ ਨੇ ਵਾਹਿਗੁਰੂ ਦਾ ਨਾਮ ਹੀ ਜਿਵੇਂ ਕਾਮਨਾ ਦੇ ਸਹਿਤ ਹੋ ਕੇ ਜਪਿਆ, ਧਰੂ ਕਹਿੰਦੇ ਮੈਨੂੰ ਰਾਜ ਮਿਲੇ, ਉਹ ਭਗਤੀ ਕਰਦਿਆਂ ਕਰਦਿਆਂ ਰਾਜ ਦੀ ਇੱਛਾ ਹੀ ਖਤਮ ਹੋ ਗਈ ਮਨ ਵਿੱਚੋਂ, ਕਹਿੰਦਾ ਰਾਜ ਨਹੀਂ ਚਾਹੀਦਾ, ਤੇਰਾ ਪ੍ਰੇਮ ਚਾਹੀਦਾ ਮਹਾਰਾਜ। ਪਰਮੇਸ਼ਰ ਕਹਿੰਦੇ ਬਈ ਧਰੂ ਤੂੰ ਇੱਛਾ ਕਰਕੇ ਘਰੋਂ ਤੁਰਿਆ ਸੀ, ਰਾਜ ਦੀ ਤੈਨੂੰ ਰਾਜ ਵੀ ਦੇਣਾ, ਮੁਕਤ ਵੀ ਤੈਨੂੰ ਕਰਨਾ, ਦੋਨੇ ਬਖਸ਼ਿਸ਼ਾਂ ਕਰ ਦਿੱਤੀਆਂ।
ਇੱਕ ਕਾਮਨਾ ਦੇ ਸਹਿਤ ਹੋ ਕੇ ਭਗਤੀ ਕਰਦੇ ਜਿਹੜੇ ਸਕਾਮੀ ਵਾਹਿਗੁਰੂ ਦੀ ਬੰਦਗੀ ਧਨ ਤਜ ਸੁਰਗ ਭੋਗ ਕਰ ਸੋਏ, ਉਹ ਸਰੀਰ ਨੂੰ ਤਿਆਗ ਕੇ ਸੁਰਗ ਲੋਕ ਦੇ ਸੁਖ ਭੋਗਦੇ ਆ। ਫਿਰ ਬਹੁਰ ਧਨੀ ਕੇ ਗ੍ਰਹਿ ਤਨ ਧਾਰੈ, ਇੱਛਾ ਰਹਿ ਜਾਂਦੀ ਹੈ ਨਾ ਕਾਮਨਾ ਵੀ ਸਾਧ ਸੰਗਤ ਦੀ, ਇਹ ਬੜੀਆਂ ਪ੍ਰਬਲ ਹਨ ਮਨ ਦੀਆਂ ਵਾਸ਼ਨਾਵਾਂ, ਇਹ ਗੁਰੂ ਸਾਹਿਬ ਦੀ ਕਿਰਪਾ ਨਾਲ ਹੀ ਦੂਰ ਹੁੰਦੀਆਂ। ਕੋਈ ਨਾ ਕੋਈ ਇੱਛਾ ਰਹਿ ਗਈ ਵੀ ਸੁੱਖ ਮਿਲੇ ਦੁਨੀਆਂ ਦਾ, ਬਥੇਰਾ ਰੋਡਾਂ 'ਤੇ ਬਹਿ ਬਹਿ ਕੇ ਤਪ ਕਰ ਲਿਆ, ਭਗਤੀ ਕਰ ਲਈ, ਕਸ਼ਟ ਤਨ ਦੁੱਖ ਸਹਾਰ ਕੇ, ਇਸ ਕਰਕੇ ਉਹ ਫਿਰ ਭਗਤੀ ਕਰਦਿਆਂ ਕਰਦਿਆਂ ਸਵਰਗ ਦੇ ਸੁੱਖ ਭੋਗਦੇ ਆ। ਉਹ ਵੀ ਪਰਮੇਸ਼ੁਰ ਉਹਨਾਂ ਨੂੰ ਇੱਥੇ ਨਾਲੋਂ ਹਜ਼ਾਰਾਂ ਗੁਣਾ ਵੱਧ ਸੁੱਖ ਦੇ ਦਿੰਦਾ, ਵਾਹਿਗੁਰੂ ਐਡਾ ਦਿਆਲੂ ਹੈ। ਫਿਰ ਜਦੋਂ ਉਹ ਸੁੱਖ ਭੋਗ ਕੇ ਮਨ ਉਹਨਾਂ ਦਾ ਰੱਜ ਜਾਂਦਾ, ਫਿਰ ਇਸ ਮਾਤ ਲੋਕ ਅਤੇ ਧਨੀਆਂ ਦੇ ਘਰ ਵਿੱਚ ਜਿਹੜੇ ਸ਼ਾਹੂਕਾਰ ਧਨੀ ਲੋਕ ਹੁੰਦੇ ਹੈ ਉਹਨਾਂ ਦੇ ਘਰ ਵਿੱਚ ਉਹਨਾਂ ਦਾ ਜਨਮ ਹੁੰਦਾ ਹੈ। ਸਤ ਸੰਗਤ ਮਿਲ ਜਨਮ ਸੁਧਾਰੈ, ਫਿਰ ਉਹ ਧਨੀਆਂ ਦੇ ਘਰ ਵਿੱਚ ਜਨਮ ਲੈ ਕੇ ਸੰਗਤ ਦੀ, ਇਹ ਨਹੀਂ ਵੀ ਉਹ ਕਸੰਗਤ ਵਿੱਚ ਚਲੇ ਜਾਣਗੇ। ਧਨੀ ਲੋਕਾਂ ਦੇ ਘਰ ਵਿੱਚ ਪਾਪ ਹੁੰਦੇ ਹੈ, ਮਾਇਆ ਦੇ ਹੰਕਾਰ ਵਿੱਚ ਉਹ ਰੱਬ ਨੂੰ ਭੁੱਲ ਜਾਂਦੇ, ਪਰ ਜਿਹੜੇ ਐਸੇ ਗੁਰਮੁਖ ਹੁੰਦੇ ਆ ਨਾ ਧਨੀਆਂ ਦੇ ਘਰ 'ਚ ਜਨਮ ਲੈਣਗੇ, ਪਰ ਉਹ ਮੁੜ ਕੇ ਸਤਸੰਗਤ ਦੇ ਵਿੱਚ ਆਉਣਗੇ, ਸੰਗਤ ਵਿੱਚ ਆ ਕੇ ਆਪਣਾ ਜਨਮ ਸੁਧਾਰਦੇ ਆ ਸੰਗਤ ਨੂੰ ਮਿਲ ਕੇ। ਮੁਕਤ ਲਹਿ ਬੰਧਨ ਕੋ ਤਿਆਗੈ, ਸੰਗਤ ਵਿੱਚੋਂ ਗੁਰੂ ਕਾ ਉਪਦੇਸ਼ ਲੈ ਕੇ ਉਹਦੀ ਕਮਾਈ ਕਰਦੇ ਆ, ਨਿਸ਼ਕਾਮ ਭਗਤੀ ਕਰਦੇ, ਫਿਰ ਮੁਕਤੀ ਨੂੰ ਲੈ ਲੈਂਦੇ ਆ ਔਰ ਉਹਨਾਂ ਦੇ ਜੰਮਣ ਮਰਨ ਦੇ ਬੰਧਨ ਛੁੱਟ ਜਾਂਦੇ ਹਨ। ਇੱਕ ਨਿਸ਼ਕਾਮ ਭਗਤ ਅਨੁਰਾਗ, ਇਉਂ ਸਕਾਮੀਆਂ ਉੱਤੇ ਐਸੀ ਕਿਰਪਾ ਹੁੰਦੀ ਹੈ, ਦੂਜੇ ਨਿਸ਼ਕਾਮ ਹੈ, ਬਿਲਕੁਲ ਉਹਨਾਂ ਨੇ ਕੋਈ ਇੱਛਾ ਹੀ ਨਹੀਂ ਰੱਖੀ, ਕਾਮਨਾ ਤੋਂ ਰਹਿਤ ਹੋ ਕੇ ਪ੍ਰੇਮ ਨਾਲ ਵਾਹਿਗੁਰੂ ਦੀ ਪ੍ਰੇਮਾ ਭਗਤੀ ਕੀਤੀ ਹੈ। ਪਰਾ ਲਭਦ ਬਸ ਜਨਮ ਜੇ ਧਰਤੇ, ਇਹ ਪਰਾ ਲਭਦ ਦੇ ਬਸ ਉਹਨਾਂ ਨੂੰ ਕੋਈ ਜਨਮ ਧਾਰਨਾ ਪਵੇ ਮਾਤ ਲੋਕ ਦੇ ਉੱਤੇ। ਸੰਤਨ ਕੇ ਘਰ ਮਹਿ ਅਵਤਰਤੇ, ਉਹ ਮਹਾਂਪੁਰਖਾਂ ਦੇ ਘਰ ਵਿੱਚ ਜਨਮ ਲੈਂਦੇ ਅਵਤਰਦੇ ਹੈ, ਉਹਨਾਂ ਦਾ ਮਹਾਂਪੁਰਖਾਂ ਦੇ ਨਾਮ ਜਪਣ ਵਾਲੇ ਪ੍ਰਭੂ ਦੇ ਪਿਆਰਿਆਂ ਦੇ ਘਰ ਵਿੱਚ, ਸੰਤਾਂ ਦੇ ਘਰ ਵਿੱਚ ਉਹਨਾਂ ਦਾ ਜਨਮ ਹੁੰਦਾ ਹੈ, ਆਉਂਦੇ ਹੈ। ਕਰਤ ਭਗਤ ਲਹਿ ਆਤਮ ਗਿਆਨ, ਭਗਤੀ ਕਰ ਕਰਕੇ ਆਤਮ ਸਰੂਪ ਵਾਹਿਗੁਰੂ ਦਾ ਬ੍ਰਹਮ ਗਿਆਨ ਸੌਖਾ ਸਮਝ ਵਿੱਚ ਆ ਜਾਏਗਾ। ਜੇ ਮੈਂ ਆਤਮ ਗਿਆਨ ਕਹਾਂਗਾ ਸਮਝ ਨਹੀਂ ਆਏਗਾ, ਕਿਉਂ ਆਤਮ ਸਰੂਪ ਪਰਮੇਸ਼ਰ ਦਾ ਗਿਆਨ ਜਿਹਨੂੰ ਬ੍ਰਹਮ ਗਿਆਨ ਕਿਹਾ ਜਾਂਦਾ ਹੈ ਉਸ ਨੂੰ ਪ੍ਰਾਪਤ ਕਰਦੇ ਹੈ। ਪ੍ਰਾਪਤ ਹੋਤ ਪੁਨਹੁ ਨਿਰਵਾਣ, ਫਿਰ ਨਿਰਵਾਣ ਦੁੱਖਾਂ ਤੋਂ ਰਹਿਤ, ਜੰਮਣ ਮਰਨ ਦੇ ਦੁੱਖਾਂ ਤੋਂ ਰਹਿਤ ਇਹ ਪਦਵੀ ਉਹਨਾਂ ਨੂੰ ਪ੍ਰਾਪਤ ਹੋ ਜਾਂਦੀ ਹੈ ਮੁਕਤ ਪੁਰਸ਼ਾਂ ਵਾਲੀ। ਜਿਮ ਸੌਗਾਤ ਬਾਜ ਕੈ ਬਾਜੀ, ਜਿਵੇਂ ਸੁਗਾਤੀਏ ਬਾਜ ਘੋੜੇ ਤੇ ਬਾਜੀ ਘੋੜੀਆਂ ਆਦਿਕ, ਇੱਕ ਪਠ ਦੇਤ ਰਹਿਤ ਪੁਨ ਰਾਜੀ, ਰਾਜੇ ਨੂੰ ਭੇਜਦੇ ਰਹਿੰਦੇ, ਰਾਜਾ ਬੜਾ ਉਹਨਾਂ ਤੇ ਪ੍ਰਸੰਨ ਰਹਿੰਦਾ ਹੈ। ਤਥਾ ਭਜਨ ਕਰ ਸੁਖੀ ਰਹੰਤੇ, ਵਾਹਿਗੁਰੂ ਦਾ ਭਜਨ ਕਰਦੇ ਜਿੰਨਾ ਚਿਰ ਇੱਥੇ ਰਹਿੰਦੇ ਆ ਸਰੀਰ ਕਰਕੇ ਮਾਤ ਲੋਕ ਤੇ, ਉਹ ਭਜਨ ਵਿੱਚ ਹੀ ਆਪਣੇ ਆਪ ਨੂੰ ਜੋੜ ਕੇ ਰੱਖਦੇ ਤੇ ਸੁਖੀ ਰਹਿੰਦੇ ਆ। ਜੇ ਗਿਆਨੀ ਜਗ ਕੂਰ ਲਖੰਤੇ, ਜਿਹੜੇ ਗਿਆਨਵਾਨ ਜਗਤ ਨੂੰ ਝੂਠਾ ਸਮਝਦੇ ਆ, ਫਿਰ ਤਨ ਅਰ ਕਰਮ ਝੂਠ ਸਭ ਜਾਣੈ, ਉਹ ਸਰੀਰ ਨੂੰ ਵੀ ਤੇ ਕਰਮਾਂ ਨੂੰ ਵੀ ਸਭ ਝੂਠ ਹੀ ਸਮਝਦੇ ਆ, ਉਹ ਇਸ ਪਾਸੇ ਧਿਆਨ ਹੀ ਨਹੀਂ ਦਿੰਦੇ ਹਨ। ਐਸੀ ਉਪਰਾਮਤਾ ਦੇ ਸਹਿਤ ਵੈਰਾਗ ਵਾਲੀ ਉਹਨਾਂ ਦੀ ਬਿਰਤੀ ਹੈ, ਕਰਮਾਂ ਨੂੰ ਵੀ
ਤਾਨੂੰ ਵੀ ਨਾਸ਼ਵੰਤ ਸਮਝਦੇ ਐ। ਹੰਤਾ ਮਮਤਾ ਕਬੂ ਨਾ ਠਾਨੈ, ਨਾ ਹੰਗਤਾ ਨਾ ਮਮਤਾ। ਹੰਗਤਾ ਉਹਨਾਂ ਨੂੰ ਆਪਣੇ ਗੁਣਾਂ ਦੀ ਨਹੀਂ ਹੁੰਦੀ, ਮਮਤਾ ਉਹਨਾਂ ਨੂੰ ਸੰਬੰਧੀਆਂ ਦੀ ਨਹੀਂ। ਇਉਂ ਸਭ ਨੂੰ ਝੂਠ ਸਮਝਦੇ ਹਨ। ਜਿਉਂ ਸੂਰਜ ਢਿੱਗ ਤਮ ਨਹਿ ਜਾਏ, ਜਿਵੇਂ ਸੂਰਜ ਦੇ ਨੇੜੇ ਹਨੇਰਾ ਨਹੀਂ ਜਾ ਸਕਦਾ। ਤਥਾ ਕਰਮ ਤਿਨ ਕਉ ਨ ਲਿਪਾਏ, ਉਹ ਇੰਨੇ ਨਿਰਲੇਪ ਹੁੰਦੇ ਜੇ ਕਰਮ ਕੋਈ ਕਰਦੇ ਵੀ ਹੈ, ਉਹਨਾਂ ਕਰਮਾਂ ਦਾ ਉਹਨਾਂ ਦੀ ਆਤਮਾ ਉੱਤੇ ਕੋਈ ਅਸਰ ਨਹੀਂ ਹੁੰਦਾ। ਉਹ ਕਰਮਾਂ ਤੋਂ ਨਿਰਲੇਪ ਹੁੰਦੇ ਹਨ ਜਿਹੜੇ ਗੁਰਮੁਖ ਹੁੰਦੇ ਆ। ਜੀਵਨ ਮੁਕਤ ਵਿਸਾਲ ਆਨੰਦ, ਉਹ ਜੀਵਨ ਮੁਕਤੀ ਦਾ ਜਿਹੜਾ ਵੱਡਾ ਆਨੰਦ ਆ ਉਹਨੂੰ ਪ੍ਰਾਪਤ ਕਰਦੇ ਆ। ਨਹਿ ਵਿਆਪੈ ਕਬ ਮਨ ਤਨ ਦੁੰਦ, ਉਹਨਾਂ ਨੂੰ ਕਦੇ ਵੀ ਮਨ ਵਿੱਚ ਤਨ ਸਰੀਰ ਉੱਤੇ ਕੋਈ ਵੀ ਦੁੱਖ ਨਹੀਂ ਆ ਕੇ ਵਿਆਪਦਾ ਲੱਗਦਾ ਨਹੀਂ ਹੈ। ਸਿੱਖ ਬੂਝੈ ਤਿੰਨ ਕਰਮ ਮਹਾਨੇ, ਹੁਣ ਆਹ ਸੁਣਨ ਵਾਲਾ ਬਚਨ ਹੈ ਧਿਆਨ ਨਾਲ। ਸਿੱਖਾਂ ਨੇ ਪੁੱਛਿਆ ਜੇ ਮਹਾਰਾਜ ਉਹਨਾਂ ਨੇ ਐਸੀ ਅਵਸਥਾ ਵਾਲਿਆਂ ਨੇ ਬਹੁਤ ਚੰਗੇ ਚੰਗੇ ਨੇਕ ਕਰਮ ਕੀਤੇ ਆ, ਭਾਵ ਉਹਨਾਂ ਦੇ ਹੱਥੋਂ ਸੁੱਤੇ ਸਿੱਧੀ ਧਰਮ ਦੇ ਕਰਮ ਹੋਏ ਆ, ਉਹਨਾਂ ਨੇ ਬਹੁਤ ਵੱਡੇ ਵੱਡੇ ਦਾਨ ਪੁੰਨ ਕਰ ਲਏ, ਰੱਬ ਦਾ ਬਹੁਤ ਨਾਮ ਜਪ ਲਿਆ, ਇਹ ਉਹਨਾਂ ਦੇ ਮਹਾਨ ਚੰਗੇ ਸ਼ੁਭ ਕਰਮ ਨੇਕ ਹੋਏ ਆ ਉਹਨਾਂ ਕੋਲੋਂ। ਕਰਮ ਤਾਂ ਮਹਾਰਾ ਭੋਗੇ ਬਿਨ ਭਾਗੈ ਨਹੀਂ, ਕਰਮ ਗਤੀ ਬਲਵਾਨ, ਕਰਮ ਗਤੀ ਬੜੀ ਬਲ ਵਾਲੀ ਹੈ, ਭੋਗੇ ਤੋਂ ਬਿਨਾਂ ਮੁੱਕਦੀ ਨਹੀਂ, ਤੇ ਉਹ ਕਿਵੇਂ ਨਾਸ ਹੋਣਗੇ ਉਹਨਾਂ ਦੇ, ਉਹਦਾ ਫਲ ਤਾਂ ਉਹਨਾਂ ਨੂੰ ਭੋਗਣਾ ਹੀ ਪਵੇਗਾ ਨਾ, ਉਹਨਾਂ ਦਾ ਹਿਸਾਬ ਕਿਵੇਂ ਪੂਰਾ ਹੋਏਗਾ। ਗੁਰੂ ਕਹਿਓ ਸੇਵਕ ਲੈ ਪੌਨ, ਮਹਾਰਾ ਕਹਿੰਦੇ ਲਓ ਸੁਣ ਲਓ, ਜਿਹੜੇ ਐਸੇ ਮਹਾਂਪੁਰਖ ਪੂਰਨ ਹੁੰਦੇ ਆ ਬ੍ਰਹਮ ਗਿਆਨੀ, ਜਿਹੜੇ ਤਾਂ ਉਹਨਾਂ ਨੇ ਜੀਵਨ ਵਿੱਚ ਪੁੰਨ ਕੀਤੇ ਹੁੰਦੇ ਆ ਨਾ ਚੰਗੇ, ਉਹਨਾਂ ਦੀ ਸੇਵਾ ਕਰਨ ਵਾਲੇ ਸੇਵਕ ਉਹਨਾਂ ਦੇ ਪੁੰਨ ਲੈ ਜਾਂਦੇ ਆ। ਉਹ ਸੁੱਖ ਜਿਹੜਾ ਉਹਨਾਂ ਨੇ ਭੋਗਣਾ ਉਹ ਨਹੀਂ, ਉਹ ਤਾਂ ਕਰਮਾਂ ਦੀ ਗਤੀ ਤੋਂ ਉੱਤੇ ਚਲੇ ਗਏ, ਪਰ ਉਹਨਾਂ ਦੀ ਦੇਹ ਦੀ ਉਹਨਾਂ ਦੇ ਸਰੀਰ ਦੀ ਸੇਵਾ ਕਰਨ ਵਾਲੇ ਜਿਹੜੇ ਸੇਵਕ ਹੈ ਉਹ ਪੁੰਨ ਉਹਨਾਂ ਨੂੰ ਮਿਲ ਜਾਂਦੇ ਹੈ, ਚੰਗੇ ਕਰਮਾਂ ਦਾ ਫਲ ਉਹਨਾਂ ਨੂੰ ਮਿਲ ਜਾਂਦਾ, ਫਿਰ ਉਹਨਾਂ ਦੀ ਸੇਵਾ ਕਰਨ ਵਾਲੇ ਸੁੱਖ ਭੋਗਦੇ ਐ ਸੇਵਕ। ਨਿੰਦਕ ਅਗਲੇ ਜੇ ਦੁੱਖ ਜਾਨ, ਜੇ ਉਹਨਾਂ ਤੋਂ ਕੋਈ ਸੁੱਤੇ ਸਿੱਧ ਕੋਈ ਗੁਨਾਹ ਵੀ ਹੋ ਗਿਆ, ਅਗ ਵੀ ਹੋ ਗਿਆ, ਪਾਪ ਵੀ ਹੋ ਗਿਆ, ਉਹਦਾ ਉਹਨਾਂ ਨੂੰ ਕੋਈ ਅਸਰ ਨਹੀਂ। ਜਿਹੜੇ ਨਿੰਦਿਆ ਕਰਨ ਵਾਲੇ ਨਿੰਦਕ ਜਨ ਹੈ ਨਾ, ਉਹਨਾਂ ਦੇ ਪਾਪ ਦਾ ਫਲ ਉਹਨਾਂ ਦੇ ਸਿਰ 'ਤੇ ਪੈ ਜਾਂਦਾ, ਫਿਰ ਉਹ ਭੋਗਦੇ ਹੈ। ਤਾਂ ਹੀ ਭਾਈ ਨਿੰਦਿਆ ਨਹੀਂ ਕਦੇ ਕਰਨੀ ਚਾਹੀਦੀ, ਨਿੰਦਾ ਭਲੀ ਕਿਸੇ ਕੀ ਨਾਹੀ, ਮਨਮੁਖ ਮੁਗਧ ਕਰਨ ਮੋਹ ਕਾਲੇ ਤਿਨਾ ਨਿੰਦਕਾਂ ਨਰਕੇ ਘੋਰ ਪਵਨ। ਮੰਦੀ ਮੱਤ ਵਾਲੇ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਦੀ ਨਿੰਦਿਆ ਕਰਦੇ, ਨਰਕਾਂ ਵਿੱਚ ਵੀ ਢੋਈ ਨਹੀਂ ਮਿਲਣੀ ਉਹਨਾਂ ਨੂੰ, ਐਡੇ ਵੱਡੇ ਧੰਨ ਮਹਾਂਪੁਰਖ ਜਿਨ੍ਹਾਂ ਨੇ ਜਨਮ ਤੋਂ ਹੀ ਵਾਹਿਗੁਰੂ ਦੀ ਬੰਦਗੀ ਕੀਤੀ, ਇੰਨਾ ਨਿਰਲੇਪ ਪਵਿੱਤਰ ਜੀਵਨ, ਧੰਨ ਸਨ ਉਹ ਮਹਾਂਪੁਰਖ, ਸਰੀਰ ਵੀ ਮਹਾਰਾ ਗੁਰੂ ਰਾਮਦਾਸ, ਧੰਨ ਗੁਰੂ ਹਰਗੋਬਿੰਦ ਸਾਹਿਬ, ਕੌਮ ਪੰਥ ਧਰਮ ਦੇ ਲੇਖੇ ਲਾ ਦਿੱਤਾ। ਜਿਹੜਾ ਕੋਈ ਨਿੰਦਕ ਐਸੇ ਸਤਿਪੁਰਸ਼ਾਂ ਦੀ ਨਿੰਦਿਆ ਕਰੇਗਾ ਨਾ, ਉਹਨੂੰ ਬਹੁਤ ਵੱਡੇ ਪਾਪ ਲੱਗਣਗੇ। ਨਿੰਦਕ ਫਿਰ ਉਹ ਪਾਪ ਦਾ ਫਲ ਆਪਣੇ ਸਿਰ 'ਤੇ ਲੈ ਜਾਂਦਾ, ਜੇ ਕੋਈ ਉਹਨਾਂ ਕੋਲੋਂ ਪਹਿਲਾਂ ਕੀਤਾ ਹੋਇਆ ਹੋਵੇ, ਕਿਸੇ ਤਰ੍ਹਾਂ ਦਾ ਗੁਨਾਹ ਹੋਇਆ ਹੋਵੇ।
ਬ੍ਰਹਮ ਗਿਆਨੀ ਨਿਰਲੇਪ ਸਦੀਵ। ਬ੍ਰਹਮ ਗਿਆਨੀ ਤਾਂ ਸਦਾ ਹੀ ਨਿਰਲੇਪ ਹੁੰਦਾ ਪੁੰਨਾ ਪਾਪਾਂ ਤੋਂ, ਉਹਨੂੰ ਕੋਈ ਉਹਦਾ ਅਸਰ ਨਹੀਂ ਹੈ, ਨਾ ਉਹਦੇ ਤੇ ਕੋਈ ਪਰਾਰਬਤ ਦਾ ਪ੍ਰਭਾਵ ਹੈ। ਨਹਿ ਫਲ ਕਰਮ ਤਿਨਹੁ ਕੋ ਥੀਵ, ਉਹਨਾਂ ਦੇ ਕਰਮਾਂ ਦਾ ਫਲ ਉਹਨਾਂ ਨੂੰ ਨਹੀਂ ਹੁੰਦਾ ਕਦੇ, ਬ੍ਰਹਮ ਗਿਆਨੀ ਨੂੰ ਨਹੀਂ ਕਦੇ ਹੋਏਗਾ। ਬ੍ਰਹਮ ਗਿਆਨੀ ਪੁੰਨ ਪਾਪ ਤੋਂ ਰਹਿਤ ਹੈ। ਉਹ ਫਲ ਬਈ ਚੰਗਾ ਫਲ ਸੇਵਕ ਲੈ ਜਾਂਦੇ ਸੇਵਾ ਕਰ ਕਰਕੇ, ਤੇ ਪਾਪੀ ਨਿੰਦਿਆ ਕਰਕੇ ਪਾਪ ਦਾ ਫਲ ਆਪਣੇ ਸਿਰ ਤੇ ਚੜਾ ਲੈਂਦੇ ਭਾਰ। ਐਸੇ ਸੁਣ ਕਰ ਗੁਰ ਕੇ ਬੈਨ, ਐਸੇ ਗੁਰੂ ਸਾਹਿਬ ਦੀ ਦੇ ਪਾਪ ਮਹਾਨ ਬਚਨ ਸੁਣ ਕੇ, ਸਿੱਖਣ ਪਾਈ ਹਿਰਦੇ ਚੈਨ, ਸਿੱਖਾਂ ਦੇ ਹਿਰਦੇ ਵਿੱਚ ਚੈਨ ਸ਼ਾਂਤੀ ਨੇ ਆ ਕੇ ਨਿਵਾਸ ਕੀਤਾ, ਸਿੱਖਾਂ ਨੂੰ ਚੈਨ ਸ਼ਾਂਤੀ ਪ੍ਰਾਪਤ ਹੋਈ। ਸੋ ਸਤਿਗੁਰੂ ਜੀ ਨੇ ਕਿੰਨਾ ਸੁੰਦਰ ਗਿਆਨਦਾਇਕ ਉਪਦੇਸ਼ ਬਖਸ਼ਿਆ ਹੈ ਇਹਨਾਂ ਮਹਾਨ ਛੇ ਗੁਰਸਿੱਖਾਂ ਦੇ ਉੱਤੇ, ਭਾਈ ਮੂਲਾ ਸੂਜਾ, ਇਹ ਜਿੰਨੇ ਵੀ ਸਿੱਖ ਸਨ, ਭਾਈ ਰਾਮਦਾਸ, ਇਸੇ ਤਰ੍ਹਾਂ ਭਾਈ ਮੂਲਾ, ਸਾਈ ਦਾਸ ਆਦਿਕ, ਇਹਨਾਂ ਸਿੱਖਾਂ ਨੂੰ ਸੱਚੇ ਪਾਤਸ਼ਾਹ ਜੀ ਨੇ ਨਦਰੋ ਨਦਰ ਨਿਹਾਲ ਕਰਕੇ ਗੁਰਸੰਗਤ ਜੀ ਤਾਰਿਆ ਹੈ। ਆਓ ਆਪਾਂ ਸਾਰੇ ਨਗਰ ਦੀ ਸੰਗਤ ਹੁੰਮ ਹਮਾ ਕੇ 1 ਜੂਨ ਤੋਂ ਲੈ ਕੇ 6 ਜੂਨ ਤੱਕ ਉਹਨਾਂ ਮਹਾਨ ਸ਼ਹੀਦਾਂ ਦੀ ਕਰਮ ਭੂਮੀ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਰੋਜ਼ਾਨਾ ਆਪਾਂ 1 ਜੂਨ ਤੋਂ ਲੈ ਕੇ 5 ਜੂਨ ਸ਼ਾਮ ਤੱਕ ਸ਼ਾਮ ਦੇ ਦੀਵਾਨਾਂ ਵਿੱਚ ਸ਼ਹੀਦੀ ਸਮਾਗਮਾਂ ਵਿੱਚ ਹਾਜ਼ਰੀ ਭਰਿਆ ਕਰਨੀ ਹੈ। 6 ਜੂਨ ਨੂੰ ਸਾਧ ਸੰਗਤ ਜੀ 8 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਸਾਰੇ ਨਗਰ ਦੀ ਇਲਾਕੇ ਦੀ ਸੰਗਤ ਨੇ ਹੁੰਮ ਹੁਮਾ ਕੇ ਵੱਡੇ ਸ਼ਹੀਦੀ ਸਮਾਗਮਾਂ ਵਿੱਚ ਪਹੁੰਚਣਾ, ਦਰਸ਼ਨ ਦੇਣੇ ਆ, ਹਾਜ਼ਰੀਆਂ ਭਰਨੀਆਂ ਹਨ। ਇਸੇ ਤਰ੍ਹਾਂ ਗੁਰਸੰਗਤ ਦੀ 20 ਮਈ ਨੂੰ ਮੀਟਿੰਗ ਹੈ 12 ਵਜੇ ਸਾਰੇ ਪੰਜਾਬ ਭਰ ਤੋਂ। ਪਤਵੰਤੇ ਗੁਰਸਿੱਖਾਂ ਦੀ ਰੱਖੀ ਹੈ, ਮੁਖੀ ਮੁਖੀ ਨਗਰ ਦੇ ਸਿੰਘਾਂ ਨੇ ਉਸ ਮੀਟਿੰਗ ਦੇ ਵਿੱਚ ਵੀ ਪਹੁੰਚਣਾ ਹੈ। ਇਹ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਦਾਸ ਸਾਰੇ ਨਗਰ ਦੀ ਸਮੁੱਚੀ ਸੰਗਤ ਦਾ, ਗੁਰਦੁਆਰਾ ਸਾਹਿਬ ਜੀ ਦੀ ਪ੍ਰਬੰਧਕ ਕਮੇਟੀ ਦਾ, ਗ੍ਰੰਥੀ ਸਿੰਘ ਸਾਹਿਬ ਜੀ ਦਾ, ਇਸੇ ਤਰ੍ਹਾਂ ਭਾਈ ਤੇਜਵੀਰ ਸਿੰਘ ਜੀ ਦਾ, ਭਾਈ ਜਤਿੰਦਰ ਸਿੰਘ ਜੀ USA ਵਾਲਿਆਂ ਦਾ, ਸਭ ਦਾ ਹੀ ਮੈਂ ਰੋਮ ਰੋਮ ਕਰਕੇ ਧੰਨਵਾਦ ਕਰਦਾ, ਜਿਹੜਾ ਤੁਸੀਂ ਬੜੀ ਮਿਹਨਤ ਦੇ ਨਾਲ 1 ਰੋਜ਼ਾ ਸ਼ਹੀਦੀ ਦੀਵਾਨ ਇਸ ਅਸਥਾਨ 'ਤੇ ਹਰ ਸਾਲ ਦੀ ਤਰ੍ਹਾਂ ਰੱਖੇ ਹੈ। ਆਪ ਜੀ ਦਾ ਰੋਮ ਰੋਮ ਕਰਕੇ ਧੰਨਵਾਦ ਹੈ। ਹਰ ਸਾਲ ਤੁਹਾਡੇ ਨਗਰ ਵੱਲੋਂ ਇਹ ਸਿੰਘ ਸ਼ਹੀਦਾਂ ਦੀ ਯਾਦ ਵਿੱਚ ਬੜੀ ਸੁੰਦਰ ਜਲ ਜੀਰੇ ਦੀ ਛਬੀਲ ਸੰਗਤਾਂ ਵਾਸਤੇ ਲਾਉਂਦੇ ਹੈ। ਹਜ਼ਾਰਾਂ ਲੱਖਾਂ ਸੰਗਤਾਂ ਜਲ ਛਕਦੀਆਂ, ਤੁਹਾਡੀ ਨੇਕ ਕਮਾਈ ਦਾ ਹਿੱਸਾ ਉਸ ਵਿੱਚ ਪੈਂਦਾ। ਇਸ ਕਰਕੇ ਵੱਧ ਚੜ੍ਹ ਕੇ ਸਾਰਿਆਂ ਨੇ ਉਹ ਸੇਵਾਵਾਂ ਵੀ ਤੁਸੀਂ ਨਾਲ ਨਾਲ ਕਰਨੀਆਂ ਅਤੇ ਹਾਜ਼ਰੀਆਂ ਵੀ ਭਰਨੀਆਂ, ਬੇਨਤੀਆਂ ਪ੍ਰਵਾਨ ਕਰਨੀਆਂ। ਹੁਣ ਆਓ ਅਰਦਾਸ ਵਿੱਚ ਜੁੜੀਏ, ਉਪਰੰਤ ਸ਼੍ਰੀ ਮੁਖਵਾਕ ਹੋਣਗੇ, ਫਿਰ ਪ੍ਰਿੰਸੀਪਲ ਸਰਦਾਰ ਗੁਰਦੀਪ ਸਿੰਘ ਜੀ ਕੁਝ ਖਾਸ ਬੇਨਤੀਆਂ ਹਨ ਇਹਨਾਂ ਸਮਾਗਮਾਂ ਲਈ, ਉਹ ਤੁਹਾਡੇ ਸਨਮੁਖ ਕਰਨਗੇ, ਸੰਗਤ ਦਾ, ਪਤਵੰਤਿਆਂ ਦਾ ਧੰਨਵਾਦ ਕਰਨਗੇ। ਉਸ ਤੋਂ ਉਪਰੰਤ ਗੁਰੂ ਮਹਾਰਾਜ ਜੀ ਦਾ ਸੁਖਾਸਨ ਹੋਏਗਾ, ਨਾਲ ਨਾਲ ਦੇਗ ਵਰਤੇਗੀ। ਸਤਿਗੁਰੂ ਜੀ ਜਦੋਂ ਆਪਣੇ ਪਾਵਨ ਪਵਿੱਤਰ ਸੁਖ ਆਸਣ ਅਸਥਾਨ 'ਤੇ ਬਿਰਾਜਮਾਨ ਹੋਣਗੇ, ਫਿਰ ਸਾਰੀਆਂ ਸੰਗਤਾਂ ਨੇ ਨਮਸਕਾਰ ਕਰਕੇ ਜੋ ਗੁਰੂ ਕੇ ਲੰਗਰ ਵਿੱਚ ਬਣਿਆ ਜਲ ਪਾਣੀ ਭੋਜਨ ਉਹ ਛੱਕ ਕੇ ਸਾਰਿਆਂ ਨੇ ਜਾਣਾ। ਇਹ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲਾਂ ਚੁੱਕਾਂ ਗੁਰੂ ਮਹਾਰਾਜ ਗੁਰੂ ਕੀ ਸੰਗਤ ਨੇ ਖਿਮਾ ਕਰਨੀਆਂ। ਐਸੇ ਸੁਣ ਕਰ ਗੁਰ ਕੇ ਬੈਨ,
ਸਿੱਖਣ ਪਾਈ ਹਿਰਦੇ ਚੈਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾ